ਕਿ ਪੰਜਾਬੀ ਲੈਂਗੁਏਜ ਐਕਟ ਹਾਂ ਇਹ ਪੇਪਰ ਦਾ ਕੁਐਸਚਨ ਵੀ ਰਿਹਾ ਕਿ ਪੰਜਾਬੀ ਲੈਂਗੁਏਜ ਐਕਟ ਪੰਜਾਬੀ ਭਾਸ਼ਾ ਐਕਟ ਕਦੋਂ ਪਾਸ ਹੋਇਆ ਹੈ 1967 ਦੇ ਵਿੱਚ ਪਾਸ ਹੋਇਆ ਔਰ ਪੰਜਾਬ ਜਿਹੜਾ ਹੈ ਉਹ 1 ਨਵੰਬਰ 1966ਾਂ ਚ ਬਣਿਆ ਹੈ ਨਾ ਨਵਾਂ ਪੰਜਾਬ ਇਹਦੀ ਜਿਹੜਾ ਅਫੀਸ਼ੀਅਲ ਨਾਮ ਆ ਉਹ ਨਿਊ ਪੰਜਾਬ ਆ ਜਦੋਂ ਅਸੀਂ 1 ਨਵੰਬਰ ਨੂੰ ਕੁਝ ਮਨਾਉਂਦੇ ਆ ਤਾਂ ਆਪਾਂ ਕਹਿੰਦੇ ਆ ਕਿ ਅੱਜ ਨਿਊ ਪੰਜਾਬ ਦੇ ਵਸੇ ਆ ਹੈ ਨਾ ਤਾਂ ਇਹ 1966ਾਂ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਤੁਸੀਂ ਹਰਿਆਣਾ ਕੱਢ ਦਿੱਤਾ ਹੈ ਨਾ ਔਰ 18ਵੀਂ ਅਮੈਂਡਮੈਂਟ ਹੋਈ ਤੇ ਹਰਿਆਣਾ ਸਤਾਰਮਾ ਰਾਜ ਬਣਿਆ 17 ਸਟੇਟ ਬਣਿਆ ਤੇ ਅਮੈਂਡਮੈਂਟ ਸੀਗੀ 1818 ਹੈ ਨਾ ਜੇ ਸੀ ਸ਼ਾ ਕਮੇਟੀ ਇਹ ਤੁਹਾਨੂੰ ਜਦੋਂ ਪੰਜਾਬ ਦੀ ਹਿਸਟਰੀ ਕਰਵਾਈ ਜਾਏਗੀ ਨਾ ਪੰਜਾਬ ਜੀਕੇ ਚ ਉਦੋਂ ਹੈ ਇਹ ਲੈਣੀ ਮੈਂ ਤੁਰਦੀਆਂ ਫਿਰਦੀਆਂ ਗੱਲਾਂ ਦੱਸਦੀ ਹੁੰਦੀਆਂ ਤੁਸੀਂ ਇਹਨਾਂ ਨੂੰ ਜੋ ਹੈ ਉਹ ਇਹ ਸਾਈਡ ਤੇ ਲਿਖ ਲਿਆ ਕਰੋ ਤੇ ਚਲੋ ਮੇਰਾ ਬੱਚਾ ਆਪਾਂ ਜ਼ਿਆਦਾ ਸਮੇਂ ਨਾ ਖਰਾਬ ਕਰਦੇ ਹੋਏ ਮੈਂ ਸ਼ੁਰੂਆਤ ਕਰ ਰਹੀ ਹਾਂ ਜੀ ਪੰਜਾਬੀ ਭਾਸ਼ਾ ਦੀ ਬਹੁਤ ਸੋਹਣੀ ਗੱਲ ਹੈ ਦੇਖੋ ਜਿਹੜੀ ਪੰਜਾਬੀ ਭਾਸ਼ਾ ਮੈਂ ਬੋਲ ਰਹੀ ਹਾਂ ਹੈ ਨਾ ਪਹਿਲਾ ਹੀ ਕੁਐਸਚਨ ਹੈ ਉਰੇ ਬਣਦਾ ਆ ਭਾਸ਼ਾ ਕੀ ਹੁੰਦੀ ਆ ਭਾਸ਼ਾ ਭਾਸ਼ਾ ਦੀ ਲੋੜ ਕਿਉਂ ਹੈ ਚਲੋ ਤੁਸੀਂ ਛੋਟੇ ਹੁੰਦੇ ਨਾ ਤਾਂ ਤੁਸੀ ਤੁਹਾਨੂੰ ਭੁੱਖ ਲੱਗਦੀ ਜਾਂ ਕੋਈ ਹੋਰ ਮਸਲਾ ਮਿਸਾਲ ਹੁੰਦਾ ਤਾਂ ਤੁਹਾਡੀ ਮਾਤਾ ਦਾਦੀ ਜਾਂ ਫਾਦਰ ਸਾਹਿਬ ਕਹਿੰਦੇ ਹਲੇ ਇਹਨੂੰ ਬੋਲਣਾ ਨਹੀਂ ਆਂਦਾ ਜਦੋਂ ਇਹ ਬੋਲੇਗਾ ਜਾਂ ਬੋਲੇਗੀ ਤਾਂ ਇਹ ਆਪਣੀ ਸਮੱਸਿਆ ਦੱਸ ਸਕੇਗੀ ਹੈਨਾ ਤਾਂ ਭਾਸ਼ਾ ਦਾ ਸਿੱਧਾ ਹੀ ਸਿੱਧਾ ਹਿਸਾਬ ਕਿ ਦੇ ਨਾਲ ਹੈ ਆਪਣੇ ਮਨ ਦੇ ਭਾਵ ਦੂਜਿਆਂ ਦੇ ਅੱਗੇ ਪ੍ਰਗਟ ਕਰਨਾ ਹੈਨਾ ਇੱਕ ਸਿੱਧਾ ਹੀ ਕੁਐਸਚਨ ਹੈ ਕਿ ਮਨੁੱਖ ਆਪਣੇ ਮਨ ਦੇ ਭਾਵ ਕਿਵੇਂ ਪ੍ਰਗਟ ਕਰਦਾ ਹੁਣ ਮਨੁੱਖ ਆਪਣੇ ਮਨ ਦੇ ਭਾਵ ਨਾ ਬੋਲ ਕੇ ਪ੍ਰਗਟ ਕਰਦਾ ਲਿਖ ਕੇ ਪ੍ਰਗਟ ਕਰ ਸਕਦਾ ਹੈ ਹੈਨਾ ਭਾਸ਼ਾ ਹਮੇਸ਼ਾ ਬੋਲੀ ਜਾਂਦੀ ਹੈ ਇਹ ਯਾਦ ਰੱਖਣਾ ਹੁਣ ਥੋੜਾ ਫਿਰ ਦਿਮਾਗ 'ਚ ਕੁਐਸਚਨ ਹੈ ਕਿ ਫਿਰ ਲਿਖਿਆ ਕਿਹਾ ਜਾਂਦਾ ਆ ਉਹਦਾ ਆਨਸਰ ਤੁਹਾਨੂੰ ਹੁਣ ਮਿਲ ਜਾਣਾ ਹੈ ਆਮ ਬੋਲ ਚਾਲ ਦੀ ਭਾਸ਼ਾ ਹੈ ਨਾ ਆਮ ਬੋਲ ਚਾਲ ਦੀ ਭਾਸ਼ਾ ਆਮ ਬੋਲ ਚਾਲ ਦੀ ਭਾਸ਼ਾ ਸਾਡੀ ਬੋਲੀ ਹੁੰਦੀ ਹੈ ਮਨੁੱਖ ਆਪਣੇ ਮਨ ਦੇ ਭਾਵ ਕਿਹਦੇ ਦੁਆਰਾ ਪ੍ਰਗਟ ਕਰਦਾ ਆ অপਸ਼ਨ ਜਿੱਥੇ ਤੁਹਾਨੂੰ ਆਮ ਬੋਲ ਚਾਲ ਮਿਲ ਜਵੇ ਉਹ ਟਿਕ ਕਰਨਾ ਹੈ ਕਿਉਂਕਿ ਜਦੋਂ ਅਸੀਂ ਤੁਹਾਨੂੰ ਪਿਆਰ ਮੁਹੱਬਤ ਜਾਂ ਗਾਲਾਂ ਦੇਣੀਆਂ ਹੁੰਦੀਆਂ ਹਨ ਉੱਥੇ ਅਸੀਂ ਗ੍ਰਾਮਰ ਦਾ ਯੂਜ਼ ਨਹੀਂ ਕਰਦੇ ਸਾਡੇ ਪਿਤਾ ਜੀ ਗ੍ਰਾਮਰ ਨਹੀਂ ਵੇਖਦੇ ਆਵਾਜ਼ ਵਰ ਹੈ ਸਨ ਜਦੋਂ ਤੁਹਾਨੂੰ ਗਾਲਾਂ ਦੇਣੀਆਂ ਹੁੰਦੀਆਂ ਇਹ ਅਸੀਂ ਤੁਹਾਨੂੰ ਪਿਆਰ ਕਰਨਾ ਹੁੰਦਾ ਹੈ ਹਨ ਤਾਂ ਉਹ ਆਮ ਬੋਲ ਚਾਲ ਦੀ ਭਾਸ਼ਾ ਹੁੰਦੀ ਹੈ ਜੀ ਲਿਟਰੇਰੀ ਲੈਂਗੁਏਜ ਨਹੀਂ ਹੁੰਦੀ ਸਾਡੇ ਪਿਆਰ ਮੁਹੱਬਤ ਦੇ ਵਿੱਚ ਹਨ ਆਮ ਬੋਲ ਚਾਲ ਦੀ ਭਾਸ਼ਾ 'ਚ ਮਨੁੱਖ ਆਪਣੇ ਮਨ ਦੇ ਭਾਵ ਪ੍ਰਗਟ ਕਰਦਾ ਆ ਤੇ ਬੋਲੀ ਜਾਣ ਵਾਲੀ ਭਾਸ਼ਾ ਹੁੰਦੀ ਹੈ ਇਹ ਵੀ ਯਾਦ ਰੱਖਿਓ है ना भाषा से बोली मैं पंजाबी भाषा बोल रही हूँ मैं हिंदी भाषा का इस्तेमाल कर रही हूं है ना आई स्पीकिंग इंग्लिश मैं इंग्लिश भाषा का इस्तेमाल कर रही हूँ तो भाषा हमेशा बोली जाती है जी ओके फिर लिखिया की जाता है वेरी गुड है ना एनी लैंगेज मैं किसी भी भाषा का इस्तेमाल कर रही थोड़े तो वास्ते किसी भी भाषा ਕਿਸੇ ਵੀ ਭਾਸ਼ਾ ਨੂੰ ਰਾਈਟ ਡਾਊਨ ਕਰਨੇ ਵਾਸਤੇ ਅੰਕਿਤ ਕਰਨੇ ਵਾਸਤੇ ਲਿਖਣ ਵਾਸਤੇ ਹੈਨਾ ਅੰਕਿਤ ਕਰਨ ਲਈ ਜੋ ਸਾਈਨਸ ਐਂਡ ਸਿੰਬल्स ਹੈਨਾ ਜੋ ਚਿੰਨ ਪ੍ਰਬੰਧ ਵਰਤੇ ਜਾਂਦੇ ਹਨ ਥੈਟਸ ਕਾਲ ਸਕ੍ਰਿਪਟ ਉਹਨੂੰ ਲਿਪੀ ਆਖਦੇ ਹਨ ਤਾਂ ਤੁਹਾਡਾ ਕੁਐਸਚਨ ਕਿਆ ਬਣਦਾ ਹੈ ਕਿ ਲਿਪੀ ਤੋਂ ਕੀ ਭਾਵ ਹੈ ਤੁਸੀਂ ਕਿਆ ਲਿਖਣਾ ਹੈ ਉਹ ਚਿੰਨ ਪ੍ਰਬੰਧ ਉਹ ਸਾਈਨਸ ਐਂਡ ਸਿੰਬल्स ਜਿਹਦੇ ਨਾਲ ਕਿਸੇ ਭਾਸ਼ਾ ਨੂੰ ਰਾਈਟ ਡਾਊਨ ਕਰਿਆ ਜਾ ਸਕਦਾ ਹੈ ਲਿਖਿਆ ਜਾ ਸਕਦਾ ਉਹਨੂੰ ਲਿਪੀ ਆਖਦੇ ਹਾਂ ਹੁਣ ਆਪੱਖਾ ਆਵਾਜ਼ ਕਰ ਰਿਹਾ ਸਰਸਰ ਦੀ ਆਵਾਜ਼ ਕਰ ਰਿਹਾ ਹੈ ਨਾ ਇਹਦੇ ਵਾਸਤੇ ਮੇਰੇ ਕੋਲ ਇੱਕ ਸਾਈਨ ਹੈ ਸਸਾ ਹੈ ਨਾ ਸਰਸਰ ਕਰ ਰਿਹਾ ਦੂਜਾ ਸਾਈਨ ਹੈ ਰਾਰਾ ਜਦੋਂ ਸਸਾ ਤੇ ਰਾਰਾ ਆਪਸ ਵਿੱਚ ਜੁੜੇ ਨਾ ਦੋ ਚਿੰਨ ਆਪਸ ਵਿੱਚ ਜੁੜੇ ਤਾਂ ਇੱਕ ਕਿਆ ਬਣਿਆ ਮੇਰੇ ਕੋਲ ਸ਼ਬਦ ਬਣਿਆ ਇਹ ਵੀ ਅੱਖਰ ਆ ਇਹ ਵੀ ਅੱਖਰ ਆ ਤੇ ਆ ਸ਼ਬਦ ਆ ਜਦੋਂ ਦੋ ਸ਼ਬਦ ਆਪਸ ਵਿੱਚ ਮ ਜੁੜਨਗੇ ਸਰਸਰ ਕਰਦਾ ਹੈ ਤਾਂ ਸਰਸਰ ਕਰਦਾ ਹੈ ਉਹ ਕਿਆ ਬਣ ਗਿਆ ਜੀ ਸਾਡੇ ਕੋਲ ਇੱਕ ਆ ਸ਼ਬਦ ਆ ਨਾ ਜਦੋਂ ਦੋ ਸ਼ਬਦ ਬਣੇ ਤਾਂ ਸਰਸਰ ਕਰਦਾ ਹੈ ਤਾਂ ਮੇਰੇ ਕੋਲ ਵਾਕ ਬਣ ਗਿਆ ਹੈ ਹੈਨਾ ਵੈਰੀ ਗੁੱਡ ਪਰ ਜਿਹੜੇ ਆ ਸ ਅ ਸੀਗਾ ਇਹ ਸਾਊਂਡ ਸੀਗੀ ਇਹਨੂੰ ਤੁਨੀ ਕਹਿ ਸਕਦੇ ਆ ਨਾ ਆਪਾਂ ਵੈਰੀ ਗੁੱਡ ਤਾਂ ਭਾਸ਼ਾ ਦੀ ਸ਼ੁਰੂਆਤ ਹੋਈ ਕਿੱਥੋਂ ਸਾਊਂਡ ਤੋਂ आउ पा 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 हो गया धुनी भाषा की सब तो छोटी इकाई है वाक भाषा की सब तो व्डी इकाई है अपनी कि पेपर का क्वेश्चन है हैीटर देख लो सीटर देख लो पटवारी क्लर्क है ना कोई भी ली आम कोई टीचिंग एग्जाम देख लो या इंटरव्यू देख लो तीस सीधी सीधी और पूछते हैं कि जी भाषा है ना य तो बेसिक यूनिट की है बेसिक यूनिट है साउंड ਹੈਨਾ ਸਾਊਂਡ ਹੁੰਦਾ ਹੈ ਜੀ ਤੁਹਾਡੀ ਤੁਨੀ ਤੁਸੀਂ ਮੈਂ ਇਹਨਾਂ ਗ੍ਰਾਮਰ ਮਾ ਤੁਨੀ ਬਹੁਤ ਪੜੂਗੇ ਸਵਰ ਵਿਅੰਜਨ ਨਾਸਕੀ ਹੈਨਾ ਉਹ ਸਾਰੇ કંਠੀ ਤਾਲਵੀ ਦੰਤੀ ਉਹ ਸਾਰੇ ਤੁਨੀ ਬਹੁਤ ਚਾਹੋਗੇ ਭਾਸ਼ਾ ਦੀ ਸਭ ਤੋਂ ਛੋਟੀ ਯੂਨਿਟ ਤੁਨੀ ਹੈ ਭਾਸ਼ਾ ਦੀ ਸਭ ਤੋਂ ਵੱਡੀ ਯੂਨਿਟ ਵਾਕ ਹੈ ਪੰਜਾਬੀ ਭਾਸ਼ਾ ਪੜ੍ਹਨ ਤੋਂ ਪਹਿਲਾਂ ਭਾਸ਼ਾ ਕੀ ਹੁੰਦੀ ਹੈ ਉਹ ਪੜ੍ਹੋ ਤੁਹਾਨੂੰ ਇੰਗਲਿਸ਼ ਵਾਲੇ ਟੀਚਰ ਵੀ ਇੱਥੇ ਪਾਰਟਸ ਆਫ ਸਪੀਚ ਪੜ੍ਹਾਉਂਦੇ ਨਾ ਇਹ ਪਾਰਟਸ ਆਫ ਸਪੀਚ ਦਾ ਹਿੱਸਾ ਹੈ ਮੈਂ ਤੁਹਾਨੂੰ ਪੰਜਾਬੀ ਪੜ੍ਹਾਉਣੀ ਹੈ ਪੰਜਾਬੀ ਪੜ੍ਹਨ ਤੋਂ ਪਹਿਲਾਂ ਇਹ ਸਮਝੋ ਭਾਸ਼ਾ ਹੁੰਦੀ ਕੀ ਹੈ ਹਰ ਭਾਸ਼ਾ ਦੇ ਵਿੱਚ ਇਹੀ ਰੂਲ ਐਂਡ ਰੈਗੂਲੇਸ਼ਨ ਜਿਹੜੇ ਹੈਗੇ ਆ ਉਹ ਅਪਲਾਈ ਹੁੰਦੇ ਆ ਹੁਣ ਤੁਹਾਡਾ ਕੁਐਸਚਨ ਇਹ ਹੋਣਾ ਚਾਹੀਦਾ ਹੈ ਕਿ ਭਾਈ ਜੇ ਭਾਸ਼ਾ ਧੁਨੀਆਂ ਦਾ ਸਮੂਹ ਹੈ ਧੁਨੀਆਂ ਦਾ ਇੱਕ ਸਿਸਟਮ ਹੈ ਹੈਨਾ ਇਹੀ ਅਸਲ ਚ ਇਹਦਾ ਸਹੀ ਡੈਫੀਨੇਸ਼ਨ ਸਸਿਊਡ ਨੇ ਦਿੱਤੀ ਹੈ ਕਿ ਭਾਸ਼ਾ ਚਿੰਨ੍ਹਾਂ ਦਾ ਸਿਸਟਮ ਹੈ ਬੜੇ سارے ਚਿੰਨ ਇਕੱਠੇ ਹੁੰਨੇ ਆ ਫਿਰ ਇੱਕ ਭਾਸ਼ਾ ਬਣ ਜਾਂਦੀ ਹੈ ਓਕੇ ਗੁੱਡ ਵੈਰੀ ਗੁੱਡ ਭਾਸ਼ਾ ਹੁਣ ਮੈਂ ਤੁਹਾਨੂੰ ਕਹਾ ਭਾਸ਼ਾ ਬਣਨੀ ਅੱਜ ਆਪਾਂ ਹੈਨਾ ਮੈਂ ਕਹਾ ਕਿ ਅੱਜ ਦੀ ਕਲਾਸ ਹੈਗੀ ਹੈ ਪੰਜਾਬੀ ਭਾਸ਼ਾ ਦਾ ਭਾਸ਼ਾ ਭਾਸ਼ਾ ਹੈ ਨਾ ਮੈਂ ਤੁਹਾਨੂੰ ਅੱਜ ਭਾਸ਼ਾ ਪੜਾਉਣੀ ਹੈ ਤੁਸੀਂ ਕਹਿੰਦੇ ਲੈ ਜੀ ਆਪਣੀ ਭਾਸ਼ਾ ਠੀਕ ਨਹੀਂ ਹੈ ਸਾਨੂੰ ਤਾਂ ਕੀ ਪੜਾਉਗੀ ਹੈ ਨਾ ਜ਼ਿਆਦਾਤਰ ਮਸਲਾ ਮਸਾਲ ਇਹੀ ਰਹਾ ਕਿ ਸਾਨੂੰ ਹੁਣ ਤੱਕ ਪੜਾਇਆ ਇਹੀ ਗਿਆ ਠੀਕ ਹੈ ਨਾ ਕਿ ਤੁਸੀਂ ਪੇਪਰਾਂ ਚੋਂ ਪਾਸ ਹੋਣਾ ਹੈ ਇਹ ਐਨੇ ਕੋ ਨੰਬਰ ਲੈਣੇ ਹੈ ਤੁਸੀਂ ਹੈ ਨਾ ਅਸੀਂ ਕਦੀ ਵੀ ਡੀਪ ਨੋਲਜ ਕਿਸੇ ਵੀ ਭਾਸ਼ਾ ਦੀ ਲਈ ਨਹੀਂ ਇਹੀ ਵੱਡਾ ਕਾਰਨ ਹੈ ਕਿ ਸਾਡਾ ਬੇਸਿਕ ਕਲੀਅਰ ਨਹੀਂ ਹੈ ਸਾਡੀ ਬੁਨਿਆਦ ਕਲੀਅਰ ਨਹੀਂ ਹੈਗੀ ਮੈਂ ਮੁੜ ਮੁੜ ਕੇ ਕਹਾ ਇਹ ਬਹੁਤ ਸੌਖਾ ਕਨਸੈਪਟ ਹੈ ਬੜਾ ਮਜ਼ੇਦਾਰ ਹੈ ਜੇ ਤੁਸੀਂ ਇੱਕ ਵਾਰ ਇਹਨੂੰ ਪੜਨ ਲੱਗੋ ਨਾ 7-8 ਕਲਾਸਾਂ ਦੇ ਵਿੱਚ ਗ੍ਰਾਮਰ ਖਤਮ ਹੋ ਜਾਂਦੀ ਹੈ ਸਰਕਾਰੀ ਕਿਤਾਬ ਚੋਂ ਕਰਨੀ ਹੈ ਰੀਜ਼ਨ ਵਾਈ ਕਿ ਜਿਹੜਾ ਪੇਪਰ ਹੈ ਨਾ ਉਹ ਪੜਨਾ ਹੀ ਸਰਕਾਰੀ ਕਿਤਾਬ ਚੋਂ ਹੈ ਨਾ ਫਿਰ ਆਪਾਂ ਕੱਲ ਨੂੰ ਕੋਈ ਹੋਰ ਆਬਜੈਕਸ਼ਨ ਲਾਣਾ ਤਾਂ ਸਰਕਾਰੀ ਕਿਤਾਬ ਦੀ ਐਗਜ਼ਾਮਪਲਾਂ ਦੇਣੀ ਆਪਾਂ ਨੇ ਉੱਥੇ ਹੁਣ ਹੁਣ ਤੱਕ ਆਪਾਂ ਨੇ ਕਿਹਾ ਪੜਿਆ ਕਿ ਬੋਲੀ ਜਾਣ ਵਾਲੀ ਭਾਸ਼ਾ ਲਿਖੀ ਜਾਣ ਵਾਲੀ ਲਿਪੀ ਭਾਸ਼ਾ ਦੀ ਸਭ ਤੋਂ ਬੇਸਿਕ ਯੂਨਿਟ ਤੋਂ ਨਹੀਂ ਸਭ ਤੋਂ ਬਿਗੇਸਟ ਯੂਨਿਟ ਵਾਕ ਐਨਾ ਕਿ ਪੜਿਆ ਨੇ ਚਾਰ ਕੁਐਸਚਨ ਆ ਪ੍ਰੀਵੀਅਸ ਪੇਪਰ ਲੱਭੋ ਉਹਨਾਂ ਚਾਰਾਂ ਚੋਂ ਇਹ ਚਾਰ ਕੁਐਸਚਨ ਮਿਲ ਜਾਣੇ ਆ ਹੁਣ ਇੱਥੋਂ ਹੀ ਸ਼ੁਰੂ ਕਰ ਲੈਣਾ ਮੈਂ ਇਹ ਹੈਗਾ ਹੈ ਜੀ ਲਿਪੀ ਇਹਨੂੰ ਸਕ੍ਰਿਪਟ ਕਹਿੰਦੇ ਆ ਹੁਣ ਜਿਹੜੀ ਇਹ ਲਿਪੀ ਹੈ ਇਹ ਹੈ ਸਾਈਨ ਜਾਂ ਸਿੰਬल्स ਹੈ ਨਾ ਹੁਣ ਜੇ ਅਸੀਂ ਪੰਜਾਬੀ ਭਾਸ਼ਾ ਦੀ ਗੱਲ ਕਰ ਰਹੇ ਹਾਂ ਫਿਰ ਪੰਜਾਬੀ ਦੀ ਜਿਹੜੀ ਲਿਪੀ ਹੈ ਉਹ ਕੀ ਆ ਉਹ ਗੁਰਮੁਖੀ ਹੈ ਜੀ ਸਿੰਪਲ ਕਨਸੈਪਟ ਹੈ ਹੁਣ ਪੰਜਾਬੀ ਦੀ ਲਿਪੀ ਦਾ ਨਾਮ ਗੁਰਮੁਖੀ ਹੈ ਔਰ ਇੱਕ ਪੰਜਾਬੀ ਹੈ ਜਿਹੜੀ ਉਹ ਪਾਕਿਸਤਾਨ ਜਾਂ ਲੈਂਦੇ ਪੰਜਾਬ 'ਚ ਬੋਲੀ ਜਾਂਦੀ ਹੈ ਉਹਦਾ ਨਾਮ ਸ਼ਾਹਮੁਖੀ ਰੱਖਿਆ ਉਹ ਸਕ੍ਰਿਪਟ ਦਾ ਹੈਨਾ ਮੈਂ ਤੁਹਾਡੇ ਕੋਲ ਇੱਕ ਉਮੀਦਾ ਪੰਜਾਬ ਡਰਾ ਕਰੂੰਗੀ ਜਿਹੜਾ ਸਾਡਾ ਰਣਜੀਤ ਸਿੰਘਾਂ ਦੇ ਟਾਈਮ ਦਾ ਪੰਜਾਬ ਹੈ ਹੈਨਾ ਆ ਦੇਖੋ ਆ ਸਾਰਾ ਕਸ਼ਮੀਰ ਸਾਡੇ ਕੋਲ ਸੀਗਾ ਆ ਨੇਪਾਲ ਸਾਡੇ ਕੋਲ ਉੱਤਰਾਖੰਡ ਵਾਲਾ ਏਰੀਆ ਸਾਡੇ ਕੋਲ ਹੈਨਾ ਉਹ ਤੋਂ ਬਾਅਦ ਆ ਪੰਜਾਬ ਤੇ ਆ ਹਰਿਆਣਾ ਦਿੱਲੀਆਂ ਤੱਕ ਸਾਡੇ ਕੋਲ ਰਾਜਸਥਾਨ ਕਦੀ ਵੀ ਸਾਡੇ ਕੋਲ ਨਹੀਂ ਰਿਹਾ ਇਹ ਯਾਦ ਰੱਖਿਓ ਆ ਸਾਰਾ ਪਾਕਿਸਤਾਨ ਬੋਰਡ ਥੋੜਾ ਮੁੱਕ ਗਿਆ ਹੈ ਮੈਂ ਫਿਰ ਇੱਥੇ ਜਿਹੇ ਦੀ ਗੋਲ ਕਰ ਦਿੰਦਾ ਹੈ ਹੈਨਾ ਵੈਸੇ ਆ ਕੇ ਏਰੀਆ ਵੀ ਸਾਡੇ ਹੀ ਸੀਗਾ ਸਿੱਧੀ ਜਿਹੀ ਗੱਲ ਦੱਸਾਂ ਤੁਹਾਨੂੰ ਇਹ ਸਾਡਾ ਉਹ ਪੰਜਾਬ ਆ ਜਿਹੜਾ ਰਣਜੀਤ ਸਿੰਘ ਦੇ ਟਾਈਮਾਂ ਦਾ ਪੰਜਾਬ ਹੈ ਹੁਣ ਇਹ ਪੰਜਾਬ ਦੇ ਵਿੱਚ ਆ ਮੈਂ ਤੁਹਾਡਾ ਹਰਿਆਣਾ ਚੰਡੀਗੜ੍ਹ ਦਿੱਲੀਆ ਕਰ ਦਿੱਤਾ ਹੈ ਹੈਨਾ ਆ ਸਾਡਾ ਅੱਜ ਦਾ ਪੰਜਾਬ ਹੈ ਜੀ ਆ ਕਸ਼ਮੀਰ ਹੈ ਜੀ ਸਾਡਾ ਹੈ ਨਾ ਆ ਇੱਧਰ ਉੱਤਰਾਖੰਡ ਵਾਲਾ ਹਿਮਾਚਲ ਵਾਲਾ ਏਰੀਆ ਸਾਡੇ ਕੋਲ ਤੇ ਆ ਸਾਰਾ ਪਾਕਿਸਤਾਨ ਵਾਲਾ ਏਰੀਆ ਸਾਡੇ ਕੋਲ ਹੁਣ ਜਦੋਂ ਤੁਹਾਡੀ ਪਾਰਟੀਸ਼ਨ ਹੋਈ ਹੈ ਤਾਂ ਪਾਰਟੀਸ਼ਨ ਦੇ ਵਿੱਚ ਜਿਹੜਾ ਹੈਗਾ ਤੁਸੀਂ ਆ ਪਾਕਿਸਤਾਨ ਵੱਖਰਾ ਕਰ ਦਿੱਤਾ ਇੱਧਰ ਏਰੀਆ ਵੱਖਰਾ ਕਰ ਲਿਆ ਇੰਡੀਆ ਹੈ ਨਾ 1947 ਦਾ ਇੱਕ ਫ੍ਰੀडम ਐਕਟ ਆ ਤੁਹਾਡਾ ਓਕੇ ਗੁੱਡ ਆ ਹੁਣ ਇੱਥੇ ਜਿਹੜੀ ਭਾਸ਼ਾ ਬੋਲੀ ਜਾਂਦੀ ਉਹ ਪੰਜਾਬੀ ਇੱਥੇ ਜਿਹੜੀ ਭਾਸ਼ਾ ਬੋਲੀ ਜਾਂਦੀ ਉਹ ਪੰਜਾਬੀ ਕਿਉਂਕਿ ਅਸਲੀ ਪੰਜਾਬ ਤਾਂ ਇਹੀ ਰਿਹਾ ਆ ਪੰਜਾਬ ਤਾਂ ਅਸੀਂ ਹੁਣ ਬਣਾਇਆ ਨਾ ਤਾਂ ਇੱਥੇ ਇਸਲਾਮਿਕ ਫਿਲਾਸਫੀ ਦਾ ਪ੍ਰਭਾਵ ਜ਼ਿਆਦਾ ਆ ਤਾਂ ਉਹਨਾਂ ਨੇ ਆਪਣੀ ਲਿਪੀ ਦਾ ਨਾਮ ਰੱਖ ਲਿਆ ਸ਼ਾਹਮੁਖੀ ਔਰ ਸਾਡੇ ਗੁਰੂ ਸਹਬਾਨਾਂ ਦੀ ਕਿਰਪਾ ਹੋ ਗਈ ਅਸੀਂ ਹੋ ਗਏ ਜੀ ਗੁਰਮੁਖੀ ਹੁਣ ਉਹਦੇ ਕੁਐਸਚਨ ਦੇਖੋ ਮੈਪ ਚੋਂ ਇੱਕ ਨਿਕਲਦਾ ਏ ਜੇ ਆਹ ਈਸਟਰਨ ਸਾਈਡ ਆ ਇਹ ਚੜਦਾ ਏਰੀਆ ਆ ਸੂਰਜ ਜਹ ਠੀਕ ਠਾਕ ਜਾਈ ਬਣ ਗਿਆ ਮੇਰੇ ਕੋਲੋਂ ਤਾ ਇਹ ਫਿਰ ਚੜਦਾ ਪੰਜਾਬ ਹੋ ਗਿਆ ਜਾਂ ਇਧਰ ਫਿਰ ਜੇ ਵੈਸਟਰਨ ਏਰੀਆ ਤਾਂ ਇਹ ਲੈਂਦਾ ਪੰਜਾਬ ਹੋ ਗਿਆ ਕੁਐਸਚਨ ਪੇਪਰ ਦਾ ਇਹ ਹੈ ਕਿ ਚੜਦੇ ਪੰਜਾਬ ਹੈ ਨਾ ਜਿਹੜਾ ਉਹਦੇ ਵਿੱਚ ਜਿਹੜੀ ਪੰਜਾਬੀ ਭਾਸ਼ਾ ਆਇਆ ਉਹ ਕਿਹੜੀ ਲਿਪੀ ਚ ਲਿਖੀ ਜਾਂਦੀ ਹੈ ਲੈਂਦੇ ਪੰਜਾਬ ਦੀ ਜਿਹੜੀ ਪੰਜਾਬੀ ਭਾਸ਼ਾ ਆਇਆ ਉਹ ਕਿਹੜੀ ਲਿਪੀ ਚ ਲਿਖੀ ਜਾਂਦੀ ਹੈ ਔਰ ਪੰਜਾਬੀ ਗੁਰਮੁਖੀ ਤੋਂ ਇਲਾਵਾ ਹੋਰ ਕਿਹੜੀ ਲਿਪੀ ਚ ਲਿਖੀ ਜਾਂਦੀ ਹੈ ਸ਼ਾਮੁਖੀ ਚ ਸ਼ਾਮੁਖੀ ਕਿੱਥੇ ਆ ਪਾਕਿਸਤਾਨ ਵਾਲੇ ਏਰੀਆ ਦੇ ਵਿੱਚ ਇਹਨੂੰ ਲੈਂਦੀ ਪੰਜਾਬੀ ਕਹਿੰਦੇ ਆ ਅਸੀਂ ਜੇ ਇਹ ਲਹਿੰਦਾ ਪੰਜਾਬ ਆ ਫਿਰ ਇਹ ਲਹਿੰਦੀ ਪੰਜਾਬੀ ਆ ਫਿਰ ਇਹ ਚੜ੍ਹਦੀ ਪੰਜਾਬੀ ਆ ਕੀ ਬਣਾ ਲੇਗਾ ਐਗਜ਼ਾਮੀਨਰ ਕੁਐਸਚਨ ਆਹੀ ਬਣਾਊਗਾ ਸਪੋਜ਼ ਕਰੋ ਐਗਜ਼ਾਮੀਨਰ ਤੁਸੀਂ ਜਾਂ ਮੈਂ ਤਾਂ ਹੁਣ ਮੇਰੇ ਦਿਮਾਗ ਚ ਕੀ ਆਹੀ ਕੁਐਸਚਨ ਚੱਲੇ ਆ ਕਿ ਆਪਾਂ ਕਿਵੇਂ ਦੇ ਕੁਐਸਚਨ ਬਣਾਉਣੇ ਆ ਅਸੀਂ ਐਵੇਂ ਦੇ ਕੁਐਸਚਨ ਬਣਾਵਾਂਗੇ ਹੋਰ ਕੀ ਬਣਾਉਣਾ ਤੁਹਾਡੀ ਜਨਰਲ ਨੌਲੇਜ ਚੈੱਕ ਕਰਨੀ ਆ ਸੀ ਹੋਰ ਕੀ ਆ ਫਿਰ ਇਹ ਆ ਤੁਹਾਡੀ ਗੁਰਮੁਖੀ ਗੁਰੂ ਸਹਿਬਾਨਾਂ ਦੀ ਆਸ਼ਾਹਾਂ ਦੀ ਸ਼ਾਹਮੁਖੀ ਹੋ ਗਈ ਹੈ ਜੀ ਲਓ ਪੰਜਵਾਂ ਕੁਐਸਚਨ ਵੀ ਤੁਹਾਡੇ ਕੋਲ ਕਲੀਅਰ ਹੈ ਗੁੱਡ ਜ਼ਿਆਦਾ ਜੋ ਗਿਣਤੀ ਹੈ ਨਾ ਪੰਜਾਬੀ ਬੋਲਣ ਵਾਲੀ ਉਹ ਇੱਧਰ ਆ। ਅਸੀਂ ਪੰਜਾਬੀ ਨਹੀਂ ਬੋਲਦੇ। ਅਸੀਂ ਕਿਆ ਬੋਲਦੇ ਹਾਂ ਦੀ ਉਪਭਾਸ਼ਾਵਾਂ। ਲਾਸਟ ਕਲਾਸ 'ਚ ਕਰਾਈਆਂ ਮੈਂ ਤੁਹਾਨੂੰ ਮੱਝੀ ਮਲਵਾਈ ਦੁਆਬੀ ਗੁੱਡ। ਇਹ ਇੱਥੇ ਇੱਕ ਚੀਜ਼ ਐਡ ਕਰ ਲਓ। ਆਹ ਵਾਲਾ ਏਰੀਆ ਮੁਲਤਾਨ ਦਾ ਏ ਹੈ ਨਾ। ਤਾਂ ਉਰੇ ਇੱਕ ਭਾਸ਼ਾ ਬੋਲੀ ਜਾਂਦੀ ਹੈ ਮੁਲਤਾਨੀ। ਮੁਲਤਾਨੀ ਆਲਸੋ ਨੋਨ ਐਸ ਲੈਂਦੀ ਪੰਜਾਬੀ। ਕਈ ਵਾਰੀ ਪੇਪਰ 'ਚ ਕੁਐਸਚਨ ਆਇਆ ਹੈ ਕਿ ਬਾਬੇ ਫਰੀਦ ਦੀ ਭਾਸ਼ਾ ਕਿਹੜੀ ਹੈ? ਬਾਬੇ ਫਰੀਦ ਦੀ ਭਾਸ਼ਾ ਮੁਲਤਾਨੀ ਹੈ ਕਿਉਂਕਿ ਬਾਬਾ ਫਰੀਦ ਆਹ ਵਾਲੇ ਏਰੀਆ ਦਾ ਆਇਆ। ਤਾ ਮਲਤਾਨੀ ਹੈ ਜਿਹੜੀ ਉਹ ਬਾਬੇ ਫਰੀਦ ਦੀ ਭਾਸ਼ਾ ਆ ਤੇ ਉਹਨੂੰ ਮਲਤਾਨੀ ਨਾਂ ਲਿਖ ਕੇ ਐਗਜ਼ਾਮੀਨਰ ਨਾ ਲੈਂਦੀ ਪੰਜਾਬੀ ਲਿਖਦਾ ਹਮੇਸ਼ਾ ਹੀ ਬਾਬੇ ਫਰੀਦ ਦੀ ਜਿਹੜੀ ਰਚਨਾ ਹੈ ਨਾ ਬਾਬਾ ਫਰੀਦ ਸਾਹਿਬ ਹੈ ਆ ਜੀ ਫਰੀਦ ਸਾਹਿਬ ਤੁਸੀਂ ਕਿਹੜੀ ਭਾਸ਼ਾ ਚ ਲਿਖਦੇ ਹੁੰਦਾ ਫਰੀਦ ਸਾਹਿਬ ਕਹਿੰਦਾ ਮੈਂ ਲੈਂਦੀ ਪੰਜਾਬੀ ਚ ਲਿਖਦਾ ਹੁੰਦਾ ਅੱਛਾ ਓਕੇ ਗੁੱਡ 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 ਤੁਹਾਡੀ ਜਿਹੜੀ ਭਾਸ਼ਾ ਹੈ ਉਹ ਇੱਕਦਮ ਗ੍ਰਾਮਰ ਦੇ ਬੇਸ ਤੋਂ ਠੀਕ ਠਾਕ ਹੈ ਹਾਂ ਤੂੰ ਪੜ ਲੈ ਮੇਰੇ ਸ਼ਲੋਕ ਮੈਂ ਸ਼ਲੋਕ ਪੜ ਲਏ ਆ ਜੀ ਔਰ ਸਾਡੀ ਜਿਹੜੀ ਭਾਸ਼ਾ ਹੈ ਉਹ ਮੁਲਤਾਨੀ ਹੈ ਤੇ ਬਾਬੇ ਫਰੀਦ ਦੀ ਭਾਸ਼ਾ ਮੁਲਤਾਨੀ ਜਾਂ ਫਿਰ ਲੈਂਦੀ ਪੰਜਾਬੀ ਕਈ ਵਾਰੀ ਪੇਪਰ ਚ ਕੁਐਸਚਨ ਆਇਆ ਕਿ ਜਿਹੜੀ ਲੈਂਦੀ ਪੰਜਾਬੀ ਹੈ ਨਾ ਉਹ ਬਾਬੇ ਦੀ ਹੈ ਠੀਕ ਹੈ ਨਾ ਮੁਲਤਾਨੀ ਔਰ ਲੈਂਦੀ ਪੰਜਾਬੀ ਸੇਮ ਨਾਮ ਹੈ ਰੀਜ਼ਨ ਵਾਈ ਕਿ ਇਹ ਲੈਂਦਾ ਇਦਾਂ ਨੂੰ ਹੈ ਨਾ ਤੇ ਪੰਜਾਬੀ ਭਾਸ਼ਾ ਹੁੰਦੀ ਹੈ ਮੈਂ ਮੁੜ ਕੇ ਦੱਸਾਂ ਹੁਣ ਕਿਸੇ ਵੀ ਭਾਸ਼ਾ ਨੂੰ ਨਾ ਸ਼ੁੱਧ ਰੂਪ ਦੇ ਵਿੱਚ ਤੁਸੀਂ ਲਿਖਣਾ ਆ ਆ ਦੇਖੋ ਬਿੰਦੀਆਂ ਟਿੱਪੀਆਂ ਅੱਧਕਾਂ ਹੈ ਨਾ ਇਹਨੂੰ ਬੋਲਦੇ ਸ਼ੁੱਧ ਹੁਣ ਕੋਈ ਵੀ ਸ਼ੁੱਧ ਅਸ਼ੁੱਧ ਭਾਸ਼ਾ ਨੂੰ ਉਚਾਰਨਾ ਆ ਬੋਲਣਾ ਆ ਜਾਂ ਮੇਰਾ ਬੇਟਾ ਲਿਖਣਾ ਹੈ ਉਹਦੇ ਵਾਸਤੇ ਤੁਹਾਨੂੰ ਕਿਆ ਪਤਾ ਹੋਣਾ ਚਾਹੀਦੇ ਰੂਲ ਐਂਸ ਦਾ ਐਲੈਗੋਰੇਸ਼ਨ ਉਹਨੂੰ ਬੋਲਦੇ ਅਸੀਂ ਵਿਆਕਰਨ ਆ ਨਾ ਬੇਟਾ ਪਾਕਿਸਤਾਨ ਆ ਬਸ ਇਮੇਜਿਨ ਕਰ ਲਓ ਤੁਸੀਂ ਇੱਧਰ ਸਾਡੇ ਕੋਲ ਨਾ ਅਫਗਾਨਿਸਤਾਨ ਆ ਅ ਜਿਹੜਾ ਅਫਗਾਨਿਸਤਾਨ ਆ ਇੱਥੋਂ ਆ ਪੰਜਾਬ ਦੇ ਵਿੱਚ ਐਂਟਰੀ ਹੁੰਦੀ ਸੀਗੀ ਇੱਥੇ ਪੇਸ਼ਾਵਰ ਆ ਤੇ ਇੱਥੇ ਖੈਬਰ ਆ ਤੁਸੀਂ ਕਦੀ ਖੈਬਰ ਪਾਸ ਪੜੋਗੇ ਮੇਰੇ ਨਾਲ ਹੈ ਨਾ ਹਿਸਟਰੀ ਦੇ ਵਿੱਚ ਤਾਂ ਪੇਸ਼ਾਵਰ ਲਾਸਟ ਹੈ ਤੇ ਉਧਰ ਖੈਬਰ ਆ ਜਮਰੂਦ ਕਿਲਾ ਪੜੋਗੇ ਤੁਸੀਂ ਕਦੀ ਮੇਰੇ ਨਾਲ ਹੁਇ ਸਿੰਘ ਨਲਵੇ ਵਾਲਾ ਕਨਸੈਪਟ ਤਾਂ ਮੇਰਾ ਬੇਟਾ ਆ ਜਿਹੜਾ ਐਂਟਰੀ ਗੇਟ ਹੈ ਨਾ ਹੈ ਨਾ ਇਹ ਪੇਸ਼ਾਵਰ ਔਰ ਖੈਬਰ ਦਾ ਇਹਨੂੰ ਤੁਸੀਂ ਖੈਬਰ ਪਾਸ ਵੀ ਬੋਲਦੇ ਆ ਦਰਰਾ ਵੀ ਬੋਲਦੇ ਆ ਪੇਸ਼ਾਵਰਾਂ ਦੇ ਵਿੱਚ ਇੱਕ ਬਾਬਾ ਜੀ ਹੈ ਬੜੇ ਪੁਰਾਣੇ ਬਾਬਾ ਜੀ ਹੈ ਤੇ ਦੇਖੋ ਕਿੰਡੀ ਸੋਹਣੀ ਗੱਲ ਹੈ ਤੁਹਾਨੂੰ ਪ੍ਰਾਊਡ ਹੋਣਾ ਚਾਹੀਦਾ ਪੰਜਾਬ ਦੇ ਉੱਪਰ ਕਿ ਦੁਨੀਆ ਦੀ ਪਹਿਲੀ ਜਿਹੜੀ ਗ੍ਰਾਮਰ ਲਿਖਣ ਵਾਲਾ ਪਾਨਣਿ ਰਿਸ਼ੀ ਹੈ ਨਾ ਉਹ ਪੇਸ਼ਾਵਰ ਦਾ ਸੀਗਾ ਤੇ ਪਾਨਣਿ ਰਿਸ਼ੀ ਜੇ ਪੇਸ਼ਾਵਰ ਦਾ ਆ ਤਾਂ ਫਿਰ ਪਾਨਣਿ ਰਿਸ਼ੀ ਦੀ ਕਿਤਾਬ ਹੈ ਅਸ਼ਟ ਅਧਿਆਏ ਹੈ ਨਾ ਅਸ਼ਟ ਅਧਿਆਏ ਪਹਿਲੀ ਗ੍ਰਾਮਰ ਬੁੱਕ ਆ ਤੇ ਕਿਹੜੀ ਅੰਗਰੇਜ਼ਾਂ ਦੀ ਤੁਸੀਂ ਵਿਲੀਅਮ ਕੈਰੀ ਨੂੰ ਪੜਦੇ ਰਹਿੰਨੇ ਆ ਤੇ ਸਾਨੂੰ ਇਹੀ ਨਹੀਂ ਹੁਣ ਥਾਂ ਹੀ ਪਤਾ ਚੱਲਿਆ ਕਿ ਪਾਣਿਣੀ ઋષਿ ਦੀ ਪਹਿਲੀ ਗ੍ਰਾਮਰ ਹੈ ਨਾ ਜਿਹੜੀ ਉਹਦਾ ਨਾਮ ਸੀਗਾ ਅਸ਼ਟ ਅਧਿਆਇ 8 ਲੈਸਨ ਸੀਗੇ ਉਹਦੇ ਵਿੱਚ ਔਰ ਪਾਣਿਣੀ ਪੇਸ਼ਾਵਰ ਦਾ ਹੈ ਮਤਲਬ ਪਾਣਿਣੀ ਸਾਡਾ ਪੂਰਵਜ ਹੋ ਗਿਆ ਨਾ ਜੇ ਅਸੀਂ ਯੂਰੇ ਦੇ ਆ ਅਸੀਂ ਉਦੋਂ ਤੋਂ ਐਗਜ਼ਿਸਟ ਕਰਦੇ ਆ ਜਦੋਂ ਤੋਂ ਸਭ ਤੋਂ 올ਡੇਸਟ ਸਿਵਲਾਈਜ਼ੇਸ਼ਨ ਐਗਜ਼ਿਸਟ ਕਰਦੀ ਆ ਸੀ ਇੰਡਸ ਵੈਲੀ ਵਾਲੇ ਆ ਬਈ ਤਾਂ ਪੇਸ਼ਾਵਰ ਦੇ ਆ ਸਾਡੇ ਕੋਲ ਪਾਣਿਣੀ ઋષਿ ਹੈ ਨਾ ਪਾਣਿਣੀ ઋષਿ ਸਾਡੇ ਕੋਲ ਵਿਸ਼ਾਵਰ ਦੇ ਹੈ ਔਰ ਪਾਨਣੀ ઋષਿ ਦੀ ਜਿਹੜੀ ਗ੍ਰਾਮਰ ਹੈ ਉਹਦਾ ਨਾਮ ਕੀ ਲਿਖਾਇਆ ਮੈਂ ਤੁਹਾਨੂੰ ਅਸ਼ਟ ਅਧਿਆਇ ਇੱਥੇ ਲਿਖ ਦੇਣੀ ਹੈ ਉੱਪਰ ਲਿਖਣੀ ਜਾ ਰਹੀ ਆ ਆਮਮ ਅਸ਼ਟ ਅਧਿਆਇ ਇਹਦੇ ਵਿੱਚ 8 ਲੈਸਨ ਸੀਗੇ ਹੁਣ ਵੀ ਹੈਗੇ ਸੀਗੇ ਕਿਹਾ ਅਸ਼ਟ ਅਧਿਆਇ ਗ੍ਰਾਮਰ ਬੁੱਕ ਹੈ ਹਾਂ ਬੇਟਾ ਸੰਸਕ੍ਰਿਤ ਪੰਜਾਬੀ ਲੈਂਗੁਏਜ ਕਮਸ ਫਰੋਂ ਸanskrit ਹੈ ਨਾ ਅਸ਼ਟ ਅਧਿਆਇ ਬੁੱਕ ਕੇ ਜਿਹੜੀ ਉਹ ਸੰਸਕ੍ਰਿਤ ਚ ਹੈ ਜੀ ਤੁਸੀਂ ਇਹ ਕਲਾਸ ਕੋਈ ਵੀ ਕਲਰਕ ਦਾ ਪੇਪਰ ਜਾਂ ਗਰੁੱਪ ਸੀ ਦੇ ਸਾਰੇ ਪੇਪਰ ਹੈ ਨਾ ਬਾਬੇ ਦੀ ਕਿਰਪਾ ਨਾਲ ਤੇ ਮੈਂ ਤੁਹਾਨੂੰ ਇੰਨੀ ਸ਼ੋਰਟੀ ਦੇ ਸਕਦੀ ਹਾਂ ਕਿ ਤੁਸੀਂ ਆਹ ਪੇਪਰ ਪੜ੍ਹ ਕੇ ਨਾ ਪੰਜਾਬ ਸਟੇਟ ਦਾ ਸਿਵਲ ਦਾ ਪ੍ਰੀਲਿਮਸ ਵੀ ਕੱਢ ਸਕਦੇ ਹੈ ਹੈ ਨਾ ਇਹ ਮੇਰੀ ਗਾਰੰਟੀ ਹੈ ਕਿਉਂਕਿ ਮੈਂ ਤੁਹਾਨੂੰ ਉਨਾਕ ਨਹੀਂ ਪੜ੍ਹਾ ਰਹੀ ਮੈਂ ਤੁਹਾਨੂੰ ਬੜਾ ਵਾਸਟ ਪੜ੍ਹਾ ਰਹੀ ਹਾਂ ਅਸ਼ਟ ਅਧਿਆਏ ਚ 8 ਲੈਸਨ ਆ ਤੇ ਇਹ ਸੰਸਕ੍ਰਿਤ ਚ ਹੈ ਜੇ ਪੰਜਾਬੀ ਭਾਸ਼ਾ ਸੰਸਕ੍ਰਿਤ ਲੈਂਗੁਏਜ ਚ ਨਿਕਲੀ ਹੈ ਨਾ ਤਾਂ ਬਿਲਕੁਲ ਨਿਕਲੀ ਹੈ ਤੇ ਜੇ ਸਾਨੂੰ ਫਿਰ ਸੰਸਕ੍ਰਿਤ ਚ ਹੋਰ ਕਿਹੜੀਆਂ ਨਿਕਲੀਆਂ ਸੰਸਕ੍ਰਿਤ ਚ ਹਿੰਦੀ ਨਿਕਲੀ ਰਾਜਸਥਾਨੀ ਗੁਜਰਾਤੀ ਤਾਮਿਲ ਨਿਕਲੀ ਹੈ ਹੈ ਨਾ ਸੰਸਕ੍ਰਿਤ ਤੋਂ ਪੰਜਾਬੀ ਭਾਸ਼ਾ ਨਿਕਲੀ ਹੈ ਤੇ ਪੰਜਾਬੀ ਭਾਸ਼ਾ ਦਾ ਸਫ਼ਰ ਐਡਾ ਛੋਟਾ ਕੋਈ ਨਹੀਂ ਹੈ ਪੰਜਾਬੀ ਭਾਸ਼ਾ ਦਾ ਸਫ਼ਰ ਬੜਾ ਲੰਬਾ ਆ ਇਸੇ ਕਰਕੇ ਹੈ ਨਾ ਸਾਡੇ ਕੋਲ ਸੰਸਕ੍ਰਿਤ ਦੇ ਕਿੰਨੇ ਸ਼ਬਦ ਨੇ ਬਹੁਤ ਸ਼ਬਦ ਨੇ ਸੰਸਕ੍ਰਿਤ ਦੇ ਸਾਡੇ ਕੋਲ ਜਿਹੜੀ ਸਾਡੀ ਪੰਜਾਬੀ ਭਾਸ਼ਾ ਏ ਉਹ ਭਾਸ਼ਾ ਹੁਣ ਅਸੀਂ ਬੋਰਡ 'ਤੇ ਲਿਖਣੀ ਆ ਹੁਣ ਆਈ ਅਸਲੀ ਕਹਾਣੀ ਕਿ ਪੰਜਾਬੀ ਭਾਸ਼ਾ ਦੇਖਣ ਨੂੰ ਕਿਵੇਂ ਦੀ ਆ ਗੁਰਮੁਖੀ ਲਿਪੀ ਦੇਖਣ ਨੂੰ ਕਿਵੇਂ ਦੀ ਹੈ ਹਨਾ ਆਓ ਜੀ ਆਪਾਂ ਗੁਰਮੁਖੀ ਲਿਪੀ ਨੂੰ ਦੇਖੀਏ ਇਹਨੂੰ ਹੋਰ ਛੋਟਾ ਕਰ ਦਵਾ ਤਾਂ ਕਿ ਮੈਨੂੰ ਹੋਰ ਜਗ੍ਹਾ ਮਿਲ ਜਵੇ ਥੋੜੀ ਜੀ ਨਾ ਤੁਹਾਨੂੰ ਤਾਂ ਇਹ ਰਿਕਾਰਡਿੰਗ ਮਿਲੀ ਜਾਣੀ ਹੈ ਬੇਟਾ ਇਹਨੂੰ ਇੱਕ ਵਾਰੀ ਹੋਰ ਸੁਣ ਲੈਣਾ ਮੇਰੇ ਬੱਚਿਆਂ ਨੇ ਹਨਾ ਦੇਖੋ ਸਾਡੇ ਕੋਲ ਨਾ 4 ਮੋਡਿਊਲਸ ਹੁੰਦੇ ਤੁਹਾਨੂੰ ਆਹ ਆਈਲੈਟਸ ਵਾਲਾ ਜਿਹੜਾ ਹੈਗਾ ਅੱਜਕੱਲ੍ਹ ਪ੍ਰਭਾਵ ਇਹ ਦੱਸਦਾ ਆ ਕਿ ਅਸੀਂ ਦੇਖ ਕੇ ਸਮਝ ਸਕਦੇ ਆ ਚੀਜ਼ਾਂ ਨੂੰ ਨਾ ਅਸੀਂ ਬੋਲ ਕੇ ਪੜ੍ਹ ਕੇ ਰਿਪੀਟ ਕਰਕੇ ਚੀਜ਼ਾਂ ਨੂੰ ਸਮਝ ਸਕਦੇ ਐਕਵਾਇਰ ਕਰ ਸਕਦੇ ਨੌਲੇਜ ਨਾ ਜਿਵੇਂ ਸਾਡੇ ਬਚਪਨਾਂ ਚ ਸਾਨੂੰ ਪਹਾੜੇ ਸਿਖਾਉਂਦੇ ਹੁੰਦੇ ਸੀਗੇ ਉਹ ਸਾਨੂੰ ਅਜੇ ਤੱਕ ਯਾਦ ਆ ਰਾਈਮਸ ਗੀਤ ਸੁਣ ਕੇ ਆਪਾਂ ਯਾਦ ਕਰ ਸਕਦੇ ਆ ਬੋਲ ਕੇ ਆਪਾਂ ਯਾਦ ਕਰ ਸਕਦੇ ਆ ਪੜ੍ਹ ਕੇ ਆਪਾਂ ਯਾਦ ਕਰ ਸਕਦੇ ਆ ਹੈਨਾ ਦੇਖ ਕੇ ਆਪਾਂ ਯਾਦ ਕਰ ਸਕਦੇ ਆ ਯੂ نو ਰੀਡਿੰਗ ਲਿਸਨਿੰਗ ਸਪੀਕਿੰਗ রাইਟਿੰਗ ਆ ਹੀ ਹੁੰਦੇ ਆ ਤੁਹਾਡਾ ਜਿਹੜਾ ਅਸੀਂ ਤੁਹਾਨੂੰ ਹੋਮਵਰਕ ਦੰਦੇ ਹੁੰਦੇ ਨੇ ਨਾ ਸਕੂਲਾਂ ਦੇ ਵਿੱਚ ਉਹ ਇਸੇ ਕਰਕੇ ਹੁੰਦਾ ਕਿ ਤੁਸੀਂ ਲਿਖ ਲਿਖ ਕੇ ਯਾਦ ਕਰੋ ਹੁਣ ਆ ਤੁਹਾਨੂੰ ਦੇਖ ਕੇ ਯਾਦ ਹੋ ਰਿਹਾ ਰਿਪੀਟ ਤੁਸੀਂ ਇਹਨੂੰ ਦੂਜੀ ਵਾਰੀ ਸੁਣ ਲਓ ਮੇਰਾ ਬੇਟਾ ਤੁਹਾਨੂੰ ਉਹੀ ਯਾਦ ਹੋ ਜਾਣਾ ਗੀਤ ਨਹੀਂ ਆਪਾਂ ਸੁਣ ਲੈਂਦੇ ਜਪਜੀ ਸਾਹਿਬ ਜਦੋਂ ਮੈਂ ਐਮਏ ਪੰਜਾਬੀ ਕਰਦੀ ਹੁੰਦੀ ਤਾਂ ਮੈਂ Hindu ਫੈਮਿਲੀ ਤੋਂ ਆ ਮੇਰਾ ਸਿੱਖ ਫਿਲਾਸਫੀ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ ਅੱਜ ਤੋਂ ਕੁਝ ਸਾਲ ਪਹਿਲਾਂ ਤਮੇਉ ਸੁਣੀ ਬਾਰ-ਬਾਰ ਰਿਪੀਟ ਐਂਡ ਰਿਪੀਟ ਰਿਪੀਟ ਐਂਡ ਰਿਪੀਟ ਰਿਪੀਟ ਐਂਡ ਰਿਪੀਟ ਬਾਬੇ ਦੀ ਕਿਰਪਾ ਹੋ ਗਈ ਹੈ ਨਾ ਸੁਣੇ ਤੇ ਯਾਦ ਹੋ ਗਿਆ ਮੈਨੂੰ ਜਿਨ੍ਹਾਂ ਨੂੰ ਦਿਸਦਾ ਨਹੀਂ ਉਹ ਛੋ ਨਾਲ ਸੁਣ ਕੇ ਯਾਦ ਕਰ ਲੈਣਾ ਮੇਰਾ ਬੇਟਾ ਤੁਹਾਨੂੰ ਜਿਵੇਂ ਠੀਕ ਲੱਗਦਾ ਤੁਸੀਂ ਉਹ ਮੈ ਯਾਦ ਕਰ ਲੈਣਾ ਤੁਹਾਡੇ ਪਤਾ ਵਾਹਿਗੁਰੂ ਦੀ ਕਿਰਪਾ ਹੈ ਨਾ ਸਾਰਾ ਕੁਝ ਹੀ ਬਾਬੇ ਨੇ ਬਖਸ਼ਿਆ ਸੁਣ ਲੈਣਾ ਇਹਨੂੰ ਰਿਪੀਟ ਐਂਡ ਰਿਪੀਟ ਸੁੱਤੇ ਪਏ ਸੁਣ ਲਓ ਤੁਹਾਨੂੰ ਤਾਂ ਵੀ ਯਾਦ ਹੋ ਜਾਣੀਆਂ ਚੀਜ਼ਾਂ ਬਰڈن ਲੈ ਕੇ ਨਹੀਂ ਪੜਨਾ ਈਜ਼ੀ ਔਰ ਕਾਮ ਰਹਿ ਕੇ ਪੜਨਾ ਹੈ ਨਾਲੇ ਪੰਜਾਬੀ ਭਾਸ਼ਾ ਤਾਂ ਐਡੀ ਸ਼ਕਤੀ ਐਡੀ ਪਾਵਰ ਹੈ ਤੁਹਾਨੂੰ ਉੰਜੇ ਹੀ ਇਹ ਕਿਰਪਾ ਨਾਲ ਹੀ ਪੜਾਹ ਪੜੋ ਲੈਂਦੀ ਹੈ ਹੈਨਾ ਆ ਮੇਰਾ ਬੇਟਾ ਊੜਾ ਹੈ ਆ ਮੇਰਾ ਬੇਟਾ ਆੜਾ ਹੈ ਈ ੜੀ ਸ ਸ ਤੇ ਹ ਹ ਹੈਨਾ ਅਗਰ ਪੰਜਾਬੀ ਭਾਸ਼ਾ ਸੰਸਕ੍ਰਿਤ ਤੋਂ ਆਈ ਹੈ ਤਾਂ ਸੰਸਕ੍ਰਿਤ ਤੋਂ ਹਿੰਦੀ ਨਿਕਲੀ ਹਿੰਦੀ ਦਾ ਪ੍ਰਭਾਵ ਪੰਜਾਬੀ ਦੇ ਉੱਪਰ ਬਹੁਤ ਜ਼ਿਆਦਾ ਹੈ ਅਸਲ 'ਚ ਇਹ ਤੋਂ ਨਹੀਂ ਆਇਆ ਅ ਈ ਊ ਸ ਹ ਇੱਕ ਹੈ ਅਸੀਂ ਇਹਨੂੰ ਕੱਕਾ ਸੌਰੀ ਕੱਕਾ ਲੱਗੇ ਕਹਿਣ ਹੈਨਾ ਇਹ ਮੇਰਾ ਬੇਟਾ ਥੋੜਾ ਖਖਾ ਹੋ ਗਿਆ ਖਾ ਤੋਂ ਘੱਗਾ ਖੱਗਾ ਅਈਆ ਇਹ ਨਾ ਤੁਸੀਂ ਆਇਆ ਸਮਝ ਜਾਈਵੇ ਲੱਤਾਂ ਜੇ ਕੱਢੀ ਜਾਂਦੀ ਹੈ ਹੈਨਾ ਉਹ ਤਾਂ ਹੁਣ ਦੇਖੋ ਮਾੜੀ ਜੀ ਸਾਡਾ ਟਰਾਂਸਪੋਰਟ ਦਾ ਕੰਮ ਹੈ ਮੇਰੇ ਘਰ ਦੇ ਨਾ ਮੇਤੇ ਹੀ ਟਰਾਲੀਆਂ ਦੇ ਪਿੱਛੇ ਲਖਾਈ ਜਾਂਦੇ ਹੁੰਦੇ ਆ ਉਹ ਇਸ ਕਰਕੇ ਹੈ ਨਾ ਪੈਸੇ ਬਚਾਣ ਦੇ ਮਾਰੇ उड़ाड़ाई डिसससा हाहा कक्का कक्खा गग्गा का गाईया आगे मेरा बेटा चच्चा आगे मेरा बच्चा चच्चा जज्जा चज्जा वेरी गुड अम्मा आगे मेरा बेटा टैंका ठठा डड्डा टड्डा ते नाना आगे मेरा बेटा त तत्ता बन गया थ दद्दा तद्दा ते नन्ना अगे मेरा राजा बेटा प पप्पा बन गया फ, फ, फा बब्बा पब्बा ते मम्मा लास्ट यसे यग साडा यई बन गया र राह वाह बन गया य आड़ा आड़ा बन गया साड़ा है ना लो जी एक दो तीन चार छः सत एक दो तीन चार पत्तों पं न गुणा करो ये बन गया जी पैंती नॉ 35 ਅਖਰੀ ਜਾਂ ਪੂਰੀ 35 ਹੈ ਪੇਪਰ ਦਾ ਕਿੱਡਾ ਵੱਡਾ ਕੁਐਸਚਨ ਹੈ ਤੇ ਕਿੱਡਾ ਸੋਹਣਾ ਕੁਐਸਚਨ ਹੈ ਤੇ ਬਾਰ ਬਾਰ ਆਇਆ ਹੈ ਨਾ 35 ਅਖਰੀ ਵਿੱਚ ਅੱਖਰਾਂ ਦੀ ਗਿਣਤੀ 35 ਪੂਰੀ 35 ਹੈ ਸੋ ਦੈਟਸ ਵਾਈ ਅਸੀਂ ਇਹਨੂੰ ਕਿਹਾ ਕਹਿੰਦੇ ਆ ਪੂਰੀ 35 ਮੁੱਕ ਦੀ ਕਹਾਣੀ ਹੈ ਜੀ ਇਹ ਪੂਰੀ 35 ਹੈ ਅਸਲ 'ਚ ਇਹ ਪੂਰੀ 35 ਇਹੀ ਜੀ ਨਹੀਂ ਸੀਗੀ ਇਹ ਗੁਰੂ ਅੰਗਦ ਦੇ ਮਹਾਰਾਜ ਨੇ ਇਹਨੂੰ ਤਰਤੀਬ ਦਿੱਤਾ ਬਾਬੇ ਨਾਨਕ ਦੇ ਟਾਈਮ 'ਚ ਨਾ ਸਸੇ ਤੇ ਸ਼ੁਰੂ ਹੁੰਦੀ ਤੇ ਸਸਾ ਇੱਥੇ ਹੁੰਦਾ ਸੀਗਾ ਬਾਬਾ ਨਾਨਕ ਜਦੋਂ ਆਪਾਂ ਪੜਾਂਗੇ ਨਾ ਉਹਦੀ ਪੱਟੀ ਇੱਕ ਰਚਨਾ ਆ ਪੱਟੀ ਬੇਸਡ ਔਨ ਅਲਫਾਬੇਟ ਅੱਖਰਾਂ ਤੇ ਆਧਾਰਿਤ ਬਾਬੇ ਨਾਨਕ ਦੀ ਕਿ ਰਚਨਾ ਹੈ ਪੱਟੀ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਦੀ 52 ਅੱਖਰੀ ਹੈ ਨਾ ਤੇ ਪੱਟੀ ਹੈ ਨਾ ਜਿਹੜੀ ਉਹ ਪੰਜਾਬੀ ਦੇ ਵਿੱਚ ਬਾਬੇ ਨਾਨਕ ਕੋਲਿਆ ਔਰ ਦੇਵਨਾਗਰੀ ਚ ਗੁਰੂ ਅਮਰਦਾਸ ਜੀ ਕੋਲਿਆ ਉਹ ਸੱਸੇ ਤੋਂ ਸ਼ੁਰੂ ਹੁੰਦੀ ਤਾਂ ਗੁਰੂ ਅੰਗਦ ਦੇ ਮਹਾਰਾਜ ਦੂਜੇ ਗੁਰੂ ਆਲਸੋ ਨੋਨ ਐਸ ਭਾਈ ਲੈਣਾ ਜੀ ਨੇ ਇਸ ਲਿਪੀ ਨੂੰ ਤਰਤੀਬ ਦਿੱਤੀ ਸੋ ਦੈਟਸ ਵਾਈ ਗੁਰਮੁਖੀ ਲਿਪੀ 기ਵਨ ਬਾਈ ਗੁਰੂ ਅੰਗਦ ਦੇ ਮਹਾਰਾਜ ਇਹਨਾਂ ਭਾਈ ਲੈਣਾ ਜੀ ਇਹ ਭਾਈ ਲੈਣਾ ਜੀ ਆ ਗੁਰੂ ਅੰਗਦ ਦੇ ਮਹਾਰਾਜ ਦੇ ਦੇਣ ਹੈ ਸਾਨੂੰ ਉਹਨਾਂ ਨੇ ਇਹਨੂੰ ਤਰਤੀਬ ਦਿੱਤੀ ਤਰਤੀਬ ਕਿਹਾ ਹੁੰਦੀ ਹੈ ਦੇਖੋ ਆ ਸਭ ਤੋਂ ਵੱਡਾ ਹੈ ਨਾ ਇਹ ਇਹਨੂੰ ਸਭ ਤੋਂ ਮੂਰੇ ਰੱਖਿਆ ਇਹ ਇਦਾਂ ਨੂੰ بڑا ਹੈ ਫਿਰ ਉਸ ਤੋਂ ਬਾਅਦ ਸਾਰੇ ਅੱਖਰਾਂ ਦੀ ਬੰਦਤਰ ਤੇ ਆਕਾਰ ਲੰਬਾਈ ਚੌੜਾਈ ਇੱਕੋ ਜਹੀ ਹੈ ਔਰ ਸਭ ਤੋਂ ਸੋਹਣੀ ਗੱਲ ਇਹਨਾਂ ਨੂੰ ਅਸੀਂ ਹੁਣ ਉਚਾਰ ਕੇ ਦੇਖਣਾ ਹੈ ਕਿ ਸਾਡੇ ਗੁਰੂ ਸਾਹਿਬਾਨ ਕਿੱਡੇ ਵੱਡੇ ਸਾਇੰਟਿਸਟ ਸੀਗੇ ਕਿੱਡੇ ਵੱਡੇ ਲਿੰਗੁਇਸਟਿਕ ਸੀਗੇ ਹੈ ਨਾ ਇਹ ਪੈਂਤੀ ਅਖਰੀ ਹੈ ਤੇ ਪੈਂਤੀ ਅਖਰੀ ਮੈਨੂੰ ਲੱਗਦਾ ਮੈਨੂੰ ਇੱਥੇ ਲਿਖਣ ਦੀ ਲੋੜ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ ਪੈਂਤੀ ਅਖਰੀ ਕਿਵੇਂ ਲਿਖੀ ਜਾਂਦੀ ਹੈ ਆ ਮੇਰਾ ਬੱਚਾ ਪੱਪੇ ਨੂੰ ਦੋ ਲਾਂ ਇੱਕ ਬਿੰਦੀ ਤੱਤਾ ਪੈਂਤੀ ਹੈ ਨਾ ਆ ਜਿਹੜੀ ਬਿੰਦੀ ਹੈ ਨਾ ਹੈ ਨੇਜ਼ਲ ਸਾਊਂਡ ਹੈ ਪੈਂਤੀ ਗੇਂਦ ਹੈ ਨਾ ਹਾਂ ਪੈਂਤੀ ਅਖਰੀ ਆ ਮੇਰਾ ਬੱਚਾ ਹੋ ਗਿਆ ਅੱਖਰ ਪੈਂਤੀ ਅਖਰੀ ਦੇ ਵਿੱਚ ਅੱਖਰਾਂ ਦੀ ਗਿਣਤੀ 35 ਹੈ ਇਹਦਾ ਨਾਮ ਪੂਰੀ ਪੈਂਤੀ ਵੀ ਹੈ ਠੀਕ ਹੈ ਜੀ ਹੁਣ ਇਹ ਸਾਰੇ ਜਿਹੜੇ ਸਾਈਨਸ ਐਂਡ ਸਿੰਬल्स ਆ ਇਹ ਸਾਡੇ ਕੋਲ ਇੱਕ ਸਕ੍ਰਿਪਟ ਆ ਇਹ ਸਕ੍ਰਿਪਟ ਕਿਹਦੇ ਵਾਸਤੇ ਸੂਟੇਬਲ ਆ ਪੰਜਾਬੀ ਭਾਸ਼ਾ ਵਾਸਤੇ ਇਹ ਬਹੁਤ ਸੂਟੇਬਲ ਆ ਹੁਣ ਜਦੋਂ ਅਸੀਂ ਕਿਸੇ ਭਾਸ਼ਾ ਦਾ ਥੋੜਾ ਬਹੁਤ ਗਿਆਨ ਪੜਦੇ ਆ ਤਾਂ ਭਾਸ਼ਾ ਦੇ ਵਿੱਚ ਜਾਂ ਤਾਂ ਵੋਵਲਸ ਹੁੰਦੇ ਆ ਜਾਂ ਕੰਸੋਨੈਂਟ ਹੁੰਦੇ ਹਨਾ ਹੁਣ ਮੈਂ ਇੱਥੇ ਰੰਗ ਬਦਲ ਦੂੰਗੀ ਤੁਸੀਂ ਇਹਨੂੰ ਖਿਆਲ ਨਾਲ ਪੜਨਾ ਹੈ ਉੜਾ ਅੜਾ ਈ वेरी गुड मेरा बच्चा है ना आह तीन स्वर पैर च वाह अच्छा यही स्वर क्यों है बाकी स्वर क्यों नहीं हम स्वर की डेफिनेशन क्या आया? देखो है देखो बेटा हूँ ही आपको क्वेश्चन देखिए कि जी भाषा या ध्वनिया के उपर आधारित है ना तो ए वर्क नहीं कर रहा अज्हे भाषा भाषा है जी ध्वनिया के उपर आधारित आ ਹੁਣ ਜਿਹੜੀਆਂ ਧੁਨੀਆਂ ਆ ਉਹ ਕਿੱਥੋਂ ਨਿਕਲਦੀਆਂ ਜੀ ਸਾਡੀਆਂ ਧੁਨੀਆਂ ਜਿਹੜੀਆਂ ਧੁਨੀਆਂ ਬਿਨਾ ਕਿਸੇ ਰੁਕਾਵਟ ਉਚਾਰੀਆਂ ਜਾਣ 댓ਸ ਕਾਲ ਸਵਰ ਉਹਨਾਂ ਨੂੰ ਸਵਰ ਕਿਹਾ ਜਾਂਦਾ ਤਾਂ ਹੁਣ ਸਵਰ ਕੀ ਆਏ ਜਿਨ੍ਹਾਂ ਧੁਨੀਆਂ ਦਾ ਉਚਾਰਨ ਬਿਨਾ ਕਿਸੇ ਰੁਕਾਵਟ ਬਿਨਾ ਕਿਸੇ ਬੈਰੀਅਰ ਹੋਵੇ 댓ਸ ਕਾਲ ਸਵਰ ਬੋਲ ਕੇ ਦੇਖੋ ਉੜਾ ਅੜਾ ਈੜੀ ਦੇਖੋ ਚੱਲ ਪਿਆ ਫੋਂਟ ਮੈਂ ਕਰ ਦਿੱਤਾ ਚਲ ਪਿਆ ਠੀਕ ਹੈ ਤਾਂ ਕੁਐਸਚਨ ਕੀ ਆਇਆ ਏ ਤੁਹਾਡੇ ਕੋਲ ਸਵਰ ਧੁਨੀਆਂ ਕਿਹੜੀਆਂ ਹਨ ਜਿਨ੍ਹਾਂ ਦਾ ਉਚਾਰਨ ਬੇਟਾ ਬਿਨਾ ਰੁਕਾਵਟ ਬਿਨਾ ਬੈਰੀਅਰ ਉਚਾਰਨ ਹੋਵੇ ਹੁਣ ਸਿੰਪਲ ਕੁਐਸਚਨ ਹੈ ਆ ਤੁਹਾਡੀ ਪ੍ਰਾਣਵਾਯੂ ਹੈ ਤੁਸੀਂ ਇਹਨੂੰ ਰੋਕੋ ਤੁਹਾਡੇ ਉਹੀ ਪ੍ਰਾਣ ਨਿਕਲ ਜਾਣੇ ਹੈਨਾ ਸਾਹ ਇਹ ਇਹ ਜਦੋਂ ਫੇਫੜਿਆਂ ਤੋਂ ਹੁੰਦੇ ਹੋਏ ਸਾਡੇ ਕੋਲ ਦੋ ਨਲੀਆਂ ਔਰ ਇੱਕ ਸਾਹ ਨਾਲੀ ਤੇ ਇੱਕ ਫੂਡ ਪਾਈਪ ਜਿਹੜੀ ਖੁਰਾਕ ਨਾਲੀ ਕਹਿੰਦੇ ਆ ਸਾਹ ਨਾਲੀ ਦੁਆਰਾ ਇਹ ਜਿਹੜੀ ਸਾਊਂਡ ਆ ਇਹ ਬਾਹਰ ਆਈ बिना किसी रुकावट निकली दैट्स कॉल स्वर जो रुकावट ना निकली दैट्स कॉल कॉन्सोनेंट व्यंजन तो को दो ही जड़िया यूनिट्स पढ़ने वाली है एक स्वर तो दूजी व्यंजन स्वर कहड़ी है उड़ा आड़ा ईडी तो बोल के देखो उड़ा आड़ा ईडी है ना हिंदी चे अ ऊके हूँ व्यंजन किमें फिर आ, okay. आ सस्सा बोलो सस्ा कक्का डा हवा ਰੁਕ ਕੇ ਨਿਕਲਦੀ ਹੈ ਚਾਹੇ ਥੋੜਾ ਜਿਹਾ ਬੈਰੀਅਰ ਹੈ ਇਹਨੂੰ ਬੋਲਦੇ ਆਂ ਫੇਰ ਵੀ ਵਿਅੰਜਨ ਬਾਕੀ ਸਾਰੇ ਵਿਅੰਜਨ ਆ ਠੀਕ ਹੈ ਨਾ ਤਿੰਨ ਸਾਡੇ ਕੋਲ ਸਵਾਰੇ ਆ ਹੁਣ ਇਹਦੀ ਪਰਿਭਾਸ਼ਾ ਕੀ ਆਏ ਜਿਨ੍ਹਾਂ ਧੁਨੀਆਂ ਦਾ ਉਚਾਰਨ ਬਿਨਾ ਕਿਸੇ ਰੁਕਾਵਟ ਹੋਵੇ ਉਹਨਾਂ ਨੂੰ ਸਵਰ ਕਹਿੰਦੇ ਆ ਜੋ ਰੁਕਾਵਟ ਸਹਿਤ ਉਚਾਰੀਆਂ ਜਾਣ ਉਹਨਾਂ ਨੂੰ ਮੇਰਾ ਬੇਟਾ ਕੌਨਸੋਨੈਂਟ ਆਲਸੋ ਨੋਨ ਐਸ ਵਿਅੰਜਨ ਕਹਿੰਦੇ ਹਨ ਜੀ ਤਾਂ ਪੇਪਰ 'ਚ ਕੁਐਸਚਨ ਤੁਹਾਨੂੰ ਬਹੁਤ ਬਹੁਤ ਹੀ ਸੌਖਾ ਆਇਆ ਕਿ ਭਾਈ ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਹਵਾ ਰੁਕ ਕੇ ਨਿਕਲੇ ਉਹਨਾਂ ਨੂੰ ਵਿਅੰਜਨ ਕਹਣਾ ਹੈ ਜਿਨ੍ਹਾਂ ਨੂੰ ਰੁੱਕੇ ਨਾ ਨਿਕਲੇ ਉਹਨਾਂ ਨੂੰ ਮੇਰਾ ਬੇਟਾ ਨੇ ਸਵਾਰਖਣਾ ਹੈ ਜੀ ਠੀਕ ਹੈ ਕਲੀਅਰ ਹੈ ਹਿੰਦੀ ਮੈਂ ਸਵਰ ਦੇਖੋ ਕਿੰਨੇ 11 ਛੋਟਾ ਆ ਬੜਾ ਆ ਛੋਟੀ ਈ ਬੜੀ ਈ ਛੋਟਾ ਉ ਬੜਾ ਉ ਯਾਰ ਤੁਹਾਡੇ ਕੋਲ ਤਿੰਨ ਨਹੀਂ ਹੈ ਕਿੱਡੀ ਰਿਚ ਭਾਸ਼ਾ ਹੈ ਤੁਹਾਡੀ ਥੋੜੇ ਜਿਹ ਚਿੰਨਾ ਨਾਲ ਐਡੀ ਉੱਚੀ ਭਾਸ਼ਾ ਚਲਾਈ ਜਾ ਰਹੀ ਆਪਾਂ ਦੇਖੋ ਹੈਨਾ ਕਿੱਡੀ ਸੋਹਣੀ ਗੱਲ ਆ ਨਾਲੇ ਅੱਧਾ ਤੁਸੀਂ ਬਰਤਦੇ ਵੀ ਨਹੀਂ ਹੈਗੇ ਤਾਂ ਵੀ ਸੋਹਣੀ ਪੰਜਾਬੀ ਚਲਾਈ ਜਾਂਦੇ ਆਂ ठीक है जी वन टू थ्री फोर फाइव आप पाँच है ना आप साइड पर रखे वे याद कर सोना तरीका यह है भी है ना पं जवाक है क्लास मस्ती करते हैं मस्ती किमें करते होने तुम तो मस्ती अस ए करते होंगे असी भी बेचारी मस्ती करते अपने स्कूलों टाइम में है ना ਤੇ ਅਸੀਂ ਸਮਝੋ ਮੈਨੂੰ ਹੀ ਲੈ ਲਓ ਕਿ ਮੈਂ ਇੰਡੀਆ ਗੋਟ ਟੈਲੈਂਟ ਚ ਗਈ ਤੇ ਉੱਥੇ ਮੈਂ ਗੀਤ ਗਾਣ ਗਈ ਤੇ ਮੈਨੂੰ ਉਹਨਾਂ ਨੇ ਭਜਾ ਦਿੱਤਾ ਉੱਥੇ ਮੈਂ ਨੱਕ ਚੋਂ ਗਾਉਂਦੀ ਸੀਗੀ ਨਾ ਤੇ ਨੱਕ ਚੋਂ ਗਾਣੇ ਦਾ ਮਤਲਬ ਹੈ ਨਾਸਕੀ ਹੈ ਨਾ ਵੈਰੀ ਗੁੱਡ ਤਾਂ ਆ ਜਿਹੜੇ ਮੇਰਾ ਗੁੱਡੂ ਇੱਥੇ ਪੰਜ ਹੈ ਨਾ ਲਾਸਟ ਇਹ ਨਾਸਕੀ ਧੁਨੀ ਹੈ ਇਹ ਨਾਸਕੀ ਧੁਨੀਆਂ ਤਾਂ ਪੇਪਰ ਦਾ ਕੁਐਸਚਨ ਹੈ ਕਿ ਪੰਜਾਬੀ ਜਾਂ ਗੁਰਮੁਖੀ ਦੇ ਵਿੱਚ ਨਾਸਕੀ ਵਿਅੰਜਨਾਂ ਦੀ ਗਿਣਤੀ ਕਿੰਨੀ ਹੈ ਨਾਸਕੀ ਧੁਨੀਆਂ ਦੀ ਗਿਣਤੀ ਕਿੰਨੀ ਹੈ 5 ਆ ਲਾਸਟ ਚ ਇਹ ਪੰਜ ਨਾਸਕੀ ਹੈ ਮੇਰਾ ਗੁੱਡੂ ਚਲੋ ਦੇਖੋ ਇਹ ਵੀ ਗੁਰੂ ਸਾਹਿਬਾਨ ਦੀ ਕਿਰਪਾ ਹੈ ਨਾ ਉਹਨਾਂ ਨੇ ਇੱਕ ਜਗ੍ਹਾ ਹੀ ਰੱਖੇ ਕੋਈ ਇੱਥੇ ਰੱਖਿਆ ਹੁੰਦਾ ਕੋਈ ਇੱਥੇ ਕੋਈ ਇੱਥੇ ਫਿਰ ਪ੍ਰੋਬਲਮ ਹੋਣੀ ਸੀਗੀ ਨਾ ਆਪਾਂ ਨੂੰ ਹੁਣ ਜਦੋਂ ਪ੍ਰਾਣਵਾਯੂ ਮੇਰਾ ਬੇਟਾ ਇੱਥੋਂ ਆ ਰਹੀ ਹੈ ਬਾਹਰ ਅੱਛੀ ਗੱਲ ਹੈ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਆਉਣਾ ਚਾਹੀਦਾ ਹੈ ਨਾ ਹਾਂ ਇਹ ਕੱਕੇ ਦਾ ਵਰਗ ਆ ਇੱਥੇ ਇਹ ਕ ਵਰਗ ਆ ਆ ਚੱਚੇ ਦਾ ਵਰਗ ਹੈ ਮੇਰਾ ਗੁੱਡੂ ਤਾਂ ਇਹ ਚ ਵਰਗ ਆ ਹੈ ਨਾ ਇਹ ਵੀ ਇੱਕ ਵਾਰੀ ਪੇਪਰ 'ਚ ਆਇਆ ਹੈ ਜਿਹੜਾ ਪਹਿਲਾਂ ਹੀ ਪੇਪਰ ਹੋਇਆ ਤੁਹਾਡਾ ਨਾ ਐਲੀਜੀਬਿਲਟੀ ਵਾਲਾ ਮੈਨੂੰ ਲੱਗਦਾ ਹੈ ਕਿ ਸਾਰੇ ਬੱਚਿਆਂ ਨੂੰ ਪਤਾ ਸੀਗਾ ਕੁਝ ਚੰਡੀਗੜ੍ਹ ਦੇ ਜੁਆਕਾਂ ਨੂੰ ਨਹੀਂ ਪਤਾ ਲੱਗਣਾ ਕਿਉਂਕਿ ਉਹਨਾਂ ਨੇ ਇਹ ਕਦੀ ਪੜ੍ਹੇ ਨਹੀਂ ਹੈ ਨਾ ਜਿਹੜੇ ਥੋੜੇ ਜਿਹੇ ਬੱਚੇ ਪੰਜਾਬ ਦੇ ਬਾਕੀ ਉਹਦੇ 'ਚੋਂ ਐ ਚੰਡੀਗੜ੍ਹ ਦੇ ਦੂਰਾਂ ਤੋਂ ਉਹਨਾਂ ਨੂੰ ਪਤਾ ਹੀ ਹੁੰਦਾ ਇਹਨਾਂ ਦਾ क्योंकि चंडीगढ़ चाबी नहीं हैगी बहुत ही क्योंकि यूटी है चंडीगढ़ साड़ी है ना यह मेरा बच्चा अंतिम वर्ग है ठीक है ना लास्ट वाला नवीन वर्ग है तोड़ा वो ऊपर वाला फिर मुख्य वर्ग है है ना आ मेरा बेटा मुख्य वर्ग है पर पेपर के जोड़ा है कवर्ग के उपर क्वेश्चन ਆਲਾ ਮੇਰਾ ਗੁੱਡੂ ਹੁਣ ਆਓ ਜਿਹੜਾ ਮੇਨ ਕਨਸੈਪਟ ਹੈ ਤੁਹਾਡਾ ਹੈਨਾ ਬਹੁਤ ਹੈ ਅੱਧਾ ਘੰਟਾ ਪਿਆ ਹੈ ਤਾਂ ਇੱਥੇ ਆਪਾਂ ਅ ਲਾਰਡ ਸ਼ਿਵਾ ਦੇ ਐਗਜ਼ਾਮਪਲ ਲੈ ਸਕਦੇ ਹਾਂ ਕਿ ਲਾਰਡ ਸ਼ਿਵਾ ਨੇ ਕਹਿੰਦੇ ਆ ਕਿ ਸਮੁੰਦਰ ਮੰਥਨ ਚੋਂ ਰਾਖਸ਼ਾ ਔਰ ਦੇਵਤੇ ਜਦੋਂ ਆਪਸ ਚੋਂ ਲੱਗੇ ਹੋਏ ਮੰਥਨ ਕਰਨ ਤਾਂ ਉੱਥੋਂ ਭਾਈ ਅੰਮ੍ਰਿਤ ਨਿਕਲਿਆ ਹੈਨਾ ਜਦੋਂ ਅੰਮ੍ਰਿਤ ਨਿਕਲਣ ਤੋਂ ਪਹਿਲਾਂ ਬੜੇ ਸਾਰੇ ਹੋਰ ਵਿਸ਼ਾਲੇ ਪਦਾਰਥ ਨਿਕਲੇ ਉਹ ਸ਼ਿਵ ਜੀ ਨੇ ਪੀਲੇ ਤਾਂ ਸ਼ਿਵ ਜੀ ਦਾ ਕੰਠਾ ਨੇ ਜਿਹੜਾ ਉਹ ਨੀਲਾ ਹੋ ਗਿਆ ਜ਼ਹਿਰ ਪੀਣ ਨਾਲ ਨੀਲੇ ਹੋ ਜੰਨੇ ਇੱਕ ਆਮ ਗੱਲ ਹੈ ਮੈਥੋਲੋਜੀ ਲਾ ਲਓ ਜਾਂ ਕਿ ਮੈਂ ਕਹਾਣੀ ਲਾ ਲਵਾਂ ਦੰਤ ਕਥਾ ਲਾ ਲਵਾਂ ਤਾਂ ਕੱਕਾ ਕੰਠ ਤੋਂ ਯਾਦ ਕਰ ਲਓ ਹੈਨਾ ਵੈਰੀ ਗੁੱਡ ਆ ਪੇਪਰ ਦਾ ਕੁਐਸਚਨ ਰਿਹਾ ਇਹਨੂੰ ਯਾਦ ਕਰਨ ਦਾ ਸਿੰਪਲ ਕਨਸੈਪਟ ਹੈ ਕੱਕਾ ਤੇ ਕੱਕਾ ਕੰਠ ਬੇਟਾ ਜਿਹੜੀ ਆਹ ਧੋਨੀ ਹੈ ਨਾ ਇਹ ਕੰਠੀ ਧੋਨੀ ਹੈ ਤੁਹਾਨੂੰ ਆਹ ਰੈੱਡ ਦਿਖ ਰਿਹਾ ਹੈ ਕਿ ਮੈਂ ਇਹਨੂੰ ਚੇਂਜ ਕਰਾਂ ਮੈਂ ਤਾਂ ਇਹ ਮੇ ਰੰਗ-ਬਰੰਗਾ ਜਿਹਾ ਲਿਖਿਆ ਕਿਉਂਕਿ ਤੁਹਾਡੀਆਂ ਅੱਖਾਂ ਵੀ ਪੜਦੀਆਂ ਤੁਹਾਨੂੰ ਇਹ ਮੈਨੂੰ ਯਾਦ ਰਹਿੰਦਾ ਹੈ ਇਹ ਮੇਰਾ ਬੇਟਾ ਕੰਠੀ ਤੁਨੀਆ ਹੁਣ ਕੰਠੀ ਤੁਨੀਆ ਦੀ ਗਿਣਤੀ ਕਿੰਨੀ ਹੈ ਮੇਰਾ ਗੁੱਡੂ ਕ ਖ ਗ ਘ ਕਕਾ ਖਖਾ ਗੱਗਾ ਘੱਗਾ ਇਹ 4 ਹੈ ਇਹ 4 ਹੈ ਮੇਰਾ ਬੇਟਾ ਕੰਠ ਤੋਂ ਬਾਅਦ ਹੁਣ ਆਪਾਂ ਨੇ ਬਾਹਰ ਵੱਲ ਨੂੰ ਆਣਾ ਹੈ ਨਾ ਕਿਉਂਕਿ ਹਵਾ ਬਾਹਰ ਵੱਲੋਂ ਆ ਰਹੀ ਹੈ ਕੰਠ ਦੇ ਬਾਅਦ ਹੋਰ ਅੱਗੇ ਚੱਲੋ ਸਾਡੇ ਕੋਲ ਸਾਡੇ ਮੂੰਹ ਦੀ ਛੱਤ ਹੁੰਦੀ ਤਾਲੂ ਹੈ ਨਾ ਸਾਡੇ ਬਜ਼ੁਰਗ ਬੀਬੀਆਂ ਦਾਦੀਆਂ ਸਾਡੀਆਂ ਕਹਿੰਦੀਆਂ ਹੁੰਦੀਆਂ ਅੰਗੂਠੇ ਨਾਲ ਨਾ ਜਾਨੇ ਦਾ ਤਾਲੂ ਦੱਬ ਦੋ ਉੱਪਰੋਂ ਸਾਡੀ ਜੀਭ ਜਦੋਂ ਹਲਕੇ ਜੀ ਤਾਲੂ ਨਾਲ ਛੂੰਦੀ ਹੈ ਨਾ ਤਾਂ ਚ ਚ ਝ ਝ ਬੋਲਿਆ ਜਾਂਦਾ ਹੈ ਤਾਂ ਇਹ ਤਾਲੂ ਕੋਮਲ ਹੁੰਦਾ ਨਾ ਪਾ ਐਗਜ਼ਾਮੀਨਰ ਇਹਨੂੰ ਕੋਮਲ ਤਾਲਵੀ ਲਿਖ ਰਿਹਾ ਤੁਸੀਂ ਇਹਨੂੰ ਕੋਮਲ ਤਾਲਵੀ ਤਾਲਵੀ ਜੋ ਤੁਹਾਡਾ ਦਿਲ ਰੂਹ ਕਰੇ ਉਹ ਲਿਖ ਸਕਦੇ ਇਹ ਮੇਰਾ ਗੁੱਡੂ ਕਿਹੜੀਆਂ ਧੁਨੀਆਂ ਆ ਤਾਲਵੀ ਧੁਨੀਆਂ ਮੇਰਾ ਬੱਚਾ ਹੈਨਾ ਮੈਂ ਕਿ ਮੈਂ ਯਾਦ ਕਰਿਆ ਛੋਟੇ ਜਵਾਕ ਨੂੰ ਕਹਿੰਦੇ ਚਮਚੇ ਨਾਲ ਨਾ ਜੀ ਕੋਈ ਚੀਜ਼ ਖਿਲਾਓ ਹੈਨਾ ਕੋਮਲ ਤਾਲੂ ਹੁੰਦਾ ਉਹਦਾ ਐਵੇਂ ਯਾਦ ਕਰ ਲਓ ਤੁਸੀਂ ਜਿਵੇਂ ਤੁਹਾਨੂੰ ਦਿਲ ਕਰਦਾ ਆ ਇਹ ਕੰਠੀ ਧੁਨੀਆਂ ਹੋ ਗਈਆਂ ਇਹ ਤਾਲਵੀ ਧੁਨੀਆਂ ਹੋ ਗਈਆਂ ਜੀ ਤੁਹਾਡੀਆਂ ਹੁਣ ਤਾਲੂ ਤੋਂ ਬਾਅਦ ਦੇਖੋ ਅਗਲਾ ਜਿਹੜਾ ਸਾਡਾ ਅੰਗ ਆ ਉਹ ਹੈਗਾ ਆ ਜੀਬ ਕਿਉਂਕਿ ਜੀਬ ਪਿੱਛੋਂ ਆਉਂਦੀ ਦੰਦ ਤਾਂ ਉਹਰੇ ਖਤਮ ਹੋ ਗਏ ਮੇਰੇ ਜੀਬ ਪਿੱਛੇ ਜੁੜੀ ਹੋਈ ਹੈ ਨਾ ਅਗਲਾ ਕੰਮ ਤੁਹਾਨੂੰ ਦਾ ਜੀਬ ਦੇ ਹਵਾਲੇ ਕਰ ਦੋ ਟੈਂਕਾ ਠੱਠਾ ਡੱਡਾ ਟੱਡਾ ਜਦੋਂ ਮੈਂ ਇਹ ਚਾਰੇ ਧੁਨੀਆਂ ਉਚਾਰੀਆਂ ਨਾ ਮੇਰੀ ਜੀਬ ਉਲਟ ਗਈ ਦੇਖੋ ਥੋੜੀ ਵੀ ਉਲਟਦੀ ਹੈ ਕਿ ਮੈਨੂੰ ਕੋਈ ਬਿਮਾਰੀ ਹੈ ਤੇ ਮੈਨੂੰ ਫਿਰ ਤੁਸੀਂ ਡਾਕਟਰ ਕੋਲ ਲੈ ਚੱਲੋ

ਤੁਸੀਂ ਹਿੰਦੀ ਚ ਪੜਿਆ ਹੋਣਾ ਮੈਂ ਬਣੀ ਪੰਜਾਬੀ ਦੇ ਸਾਡੇ ਕੋਲ ਕਾਇਦਾ ਹੁੰਦਾ ਸੀਗਾ ਸਾਡੇ ਵਕਤਾਂ ਦੇ ਨਾ 20 25 ਸਾਲ ਪੁਰਾਣੀ ਗੱਲ ਹੈ ਆ ਠ ਅ ਸੇ ਠਠੇਰਾ ਤੇ ਪੇਪਰ ਚ ਕੁਐਸਚਨ ਆ ਗਿਆ ਠਠੇਰਾ ਕੀ ਬਣਾਉਂਦਾ ਆ ਹੁਣ ਸਾਨੂੰ ਤਾਂ ਇੱਕ ਪਿਕਚਰ ਜੇ ਦਿਖੀ ਹੁੰਦੀ ਜਿਹਦੇ ਚ ਉਹ ਘੜਾ ਜਲੇ ਬੈਠਾ ਹੁੰਦਾ ਤੇ ਪੁੱਠੇ ਪਾਸੇ ਜੇ ਠੱਪ ਠੱਪ ਕਰਦਾ ਹੁੰਦਾ ਨਾ ਸਾਡੇ ਗਿਆਨੀ ਪੁਰਖਾਂ ਨੇ ਸਾਨੂੰ ਦੱਸਿਆ ਨਹੀਂ ਮਿੱਟੀ ਦੇ ਭਾਂਡੇ ਬਣਾਉਣ ਵਾਲਾ ਤਾਂ কুমਾਰ ਹੁੰਦਾ ਆ ਕੋਸਟਾ ਪਿੱਤਲ ਦੇ ਭਾਂਡੇ ਬਣਾਉਣ ਵਾਲੇ ਨੂੰ ਠਠੇਰਾ ਕਹਿੰਦੇ ਆ ਇਹ ਤੁਹਾਨੂੰ ਪੰਜਾਬ ਦਾ ਜਦੋਂ ਫੋਕਲੋਰ ਪੜਾਇਆ ਜਾਊਗਾ ਨਾ ਸੱਭਿਆਚਾਰ ਕਲਚਰ ਉਹਦੇ ਜੋ ਕੁਐਸਚਨ ਬੜੇ ਸੋਹਣੇ ਆਉਂਦੇ ਆ ਤਾਂ ਕਿੱਤੇ ਤੇ ਧੰਦੇ ਇੱਕ ਚੈਪਟਰ ਆ ਉਹਦਾ ਕਿ ਪਿੱਤਲ ਦੇ ਭਾਂਡੇ ਬਣਾਉਣੇ ਵਾਲਾ ਠਠੇਰਾ ਹੁੰਦਾ ਆ ਠਠੇਰਾ ਐਵੇਂ ਜੇ ਚੀਜ਼ਾਂ ਜਦੋਂ ਫਲੋ ਫਲੋ ਚ ਨਿਕਲਦੀ ਇਹਨੂੰ ਸਾਈਡ 'ਪੇ ਲਿਖ ਲਿਆ ਕਰੋ ਮੇਰਾ ਬੇਟਾ ਲਾਈਨ ਲੂਨ ਜਿਲਾ ਕੇ ਹੈਨਾ ਹੁਣ ਜੀਪ ਤੋਂ ਬਾਅਦ ਅਗਲਾ ਕੰਮ ਹੈ ਭਾਈ ਦੰਦਾ ਦਾ ਕਿਉਂਕਿ ਜੀਪ ਤੋਂ ਬਾਅਦ ਉਸ ਤੋਂ ਬਾਅਦ ਦੰਦਾ ਆਏ ਨਾ ਸਾਡੇ ਕੋਲ ਦੇਖੋ ਤੁਸੀਂ ਕਹੀ ਹੋਏ ਨਾ ਜੀਭ ਤੁਹਾਡੀ ਕੱਟ ਜਾਏ ਜਾਂ ਛਾਲੇ ਹੋ ਜਾਣ ਅਸੀਂ ਸਹੀ ਬੋਲ ਨਹੀਂ ਨਾ ਪਾਉਂਦੇ ਤਾਂ ਜੀਭ ਦਾ ਕਿੱਡਾ ਵੱਡਾ ਰੋਲ ਹੈ ਮੇਰਾ ਬੇਟਾ ਹੈ ਨਾ ਬਿਲਕੁਲ ਰੋਲ ਹੈ ਸਾਹ ਨਲੀ ਦਾ ਕਿੱਡਾ ਰੋਲ ਆ ਰੱਬ ਨਾ ਕਰੇ ਤੁਸੀਂ ਕੋਈ ਪੇਸ਼ੈਂਟ ਦੇਖੋ ਨਾ ਜਿਹਦੇ ਇੱਥੇ ਫੂਡ ਪਾਈਪ ਚ ਪ੍ਰੋਬਲਮ ਹੋਵੇ ਉਹ ਬੋਲ ਹੀ ਨਹੀਂ ਪਾਂਦਾ ਕਿਉਂਕਿ ਸਾਹ ਨਲੀ ਨਹੀਂ ਹੈ ਹੈ ਨਾ ਤੇ ਪਰਮਾਤਮਾ ਨੇ ਉਸ ਕੁਦਰਤ ਨੇ ਕਿੱਡੀ ਸੋਹਣੀ ਮਸ਼ੀਨ ਬਣਾਈ ਹੈ ਸਾਡੀ ਹਰ ਹਿਰ ਹਰ ਇੱਕ ਅੰਗ ਨੂੰ ਆਪਣੇ ਕੰਮ ਧੰਦੇ ਲਾਇਆ ਹੁਣ ਮੇਰੀ ਮਦਰ ਹੈ ਬਜ਼ੁਰਗਿਆ ਤੇ ਉਹਦੇ ਦੰਦ ਨਕਲੀ ਆ ਕਈ ਵਾਰੀ ਆਪਣੇ ਦੰਦ ਲਾ ਕੇ ਰੱਖ ਦਿੰਦੀ ਹੈ ਤੇ ਕੁਝ ਜਦੋਂ ਬੋਲਦੀ ਹੈ ਨਾ ਤਾਂ ਕਲੀਅਰ ਨਹੀਂ ਬੋਲ ਹੁੰਦਾ ਉਹ ਤੋਂ ਜੀਭ ਦੰਦਾਂ ਨੂੰ ਟਕਰਾ ਰਹੀ ਹੈ ਦੇਖੋ ਤਕਤਾ ਠਖਠਾ ਦੱਦਾ ਤੱਦਾ ਹੁਣ ਜੇ ਇਹ ਦੰਦ ਨਾ ਹੋਣ ਫਿਰ ਆ ਜੀਭ ਟਕਰਾਊਗੀ ਨਹੀਂ ਨਾ ਫਿਰ ਇਹ ਸਾਊਂਡ ਸ਼ੁੱਧ ਨਹੀਂ ਨਾ ਨਿਕਲੂਗਾ ਤਾਂ ਇਹ ਮੇਰਾ ਗੁੱਡੂ ਦੰਤੀ ਹੋ ਗਈਆਂ ਫਿਰ ਹੈਨਾ तत्ता थत्ता, दद्दा ये दंती हैं गुड दंदा तो बाद अगला काम है थोड़े बुलठ है ना मेरा एक फ्रेंड है बरनाली तो ਉਹਦੇ ਅ ਇੱਥੇ ਕਟ ਹੈ ਬੁੱਲ ਦੇ ਵਿੱਚ ਨਾ ਤਾਂ ਕਈ ਵਾਰ ਜਦੋਂ ਉਹ ਸਮੇਂ ਨਾਲ ਗੱਲ ਕਰਦਾ ਨਾ ਕਈ ਸ਼ਬਦ ਕਈ ਵਰਡ ਉਹ proper ਨਹੀਂ ਬੋਲ ਪਾਂਦਾ ਕੋਸ਼ਿਸ਼ ਕਰਦਾ ਰੀਜ਼ਨ ਵਾਈ ਕੀ ਹੋ ਤਾਂ ਬੁੱਲ ਕਟਿਆ ਹੋਇਆ ਪਪਾ ਪਫਾ ਬੱਬਾ ਪੱਬਾ ਹੋਣਠੀ ਧੁਨੀਆ ਕਿਉਂਕਿ ਇਹਨਾਂ ਵਾਸਤੇ ਮੇਰਾ ਰਾਜਾ ਹੋਠਾਂ ਦੀ ਬਹੁਤ ਜ਼ਰੂਰਤ ਹੈ ਇਹ ਹੋਣਠੀ ਧੁਨੀਆ ਪਪਾ ਫਫਾ ਬਬਾ ਇਹਨੂੰ ਯਾਦ ਕਰਨ ਦਾ ਸੋਹਣਾ ਤਰੀਕਾ ਹੈ ਹੈਨਾ ਮੈਂ ਦੇਖੋ ਕਿਵੇਂ ਯਾਦ ਕਰ ਰਹੇ ਹਾਂ ਅਸ਼ੇ ਭਗਵਾਨ ਦਾ ਕੰਠ ਹੈ ਹੈਨਾ ਛੋਟੇ ਜਵਾਗ ਨੂੰ ਚਮਚੇ ਨਾਲ ਨਹੀਂ ਖਿਲਾਉਣਾ ਕੋਮਲ ਦਾਲੂ ਹੁੰਦਾ ਆ ਓਕੇ ਟੈਂਕਾ ਠੱਠਾ ਡੱਡਾ ਢੱਡਾ ਮੈਂ ਬੋਲਿਆ ਠਠੇਰਾ ਏ ਜਿਹੜਾ ਉਹ ਪੁੱਠਾ ਕਰਕੇ ਘੜੇ ਜਨ ਥੱਪਦਾ ਸੀਗਾ ਪੁੱਠਾ ਤੇ ਉਲਟਾ ਕਰਕੇ ਤੱਤਾ ਠੱਠਾ ਦੱਦਾ ਦੰਦ ਤੋੜ ਜਾਣੇ ਤੇਰੇ ਦੱਦਾ ਦੰਦ ਤੇ ਤੱਤਾ ਤੋੜ ਜਾਣੇ ਆਹ ਹੋਗੇ ਦੰਦ ਮੈਂ ਨਾ ਮੇਰਾ ਗੁੱਡੂ ਆ ਹੋਂਠ ਆ ਹੈ ਨਾ ਤੇ ਪਪਾ ਪਿਆਸਾ ਠੀਕ ਹੈ ਨਾ ਪਪਾ ਬੁਆਰਾ ਬੱਬਾ ਬਾਲਟੀ ਸਾਰਾ ਕੁਝ ਪਾਣੀ ਨਾਲ ਲੈਣ ਦੇਣ ਹੈ ਹੈ ਨਾ ਭੀਗੇ ਹੋਣ ਤੇਰੇ ਪਿਆਸਾ ਦਿਲ ਮੇਰਾ ਜਿਵੇਂ ਤਿਵੇਂ ਯਾਦ ਕਰ ਲਓ ਜ਼ਰੂਰੀ ਨਹੀਂ ਹੈ ਕਿ ਤੁਸੀਂ ਇਹਨੂੰ ਰੱਟਾ ਮਾਰਨਾ ਹੈ ਬਟ ਕੋਰਿਲੇਟ ਕਰੋ ਐਨਾ ਕੁਝ ਯਾਦ ਕਿਵੇਂ ਕਰੋਗੇ ਕੋਰਿਲੇਟ ਕਰਕੇ ਕਰੋਗੇ ਨਾ ਆਪਣੀ ਟ੍ਰਿਕ ਬਣਾਓ ਕਿਸੇ ਦਸਨ ਦੀ ਲੋੜ ਨਹੀਂ ਹੈ ਨਾ ਮੈਂ ਦੇਖਿਆ ਕਿਵੇਂ ਚੱਲਿਆ ਹੋਇਆ ਅੱਜ ਕੱਲ੍ਹ ਸੋਸ਼ਲ ਮੀਡੀਆ YouTube ਡੈਡੀ ਅੱਡਾ ਫਲਾਣਾ ਉਹ ਮੈਂ ਉਹ ਉੜ ਕਬੜ ਬਣਾ ਬਣਾ ਕੇ ਹੈ ਨਾ ਫਲਾਣਾ ਗਿਆ ਸੈਰ ਤੇ ਆਓ ਬਣਾ ਦਮਾ ਮੈਂ ਟ੍ਰਿਕ ਤੁਹਾਡੇ ਵਾਸਤੇ ਤੁਸੀਂ ਆਪਣੇ ਦੇਖੋ ਬੱਬੂ ਮਾਨ ਦਾ ਕਹਾਣਾ ਨਾ ਇਹ ਸਾਡੀ ਭਾਸ਼ਾ ਹੈ ਅਸੀਂ ਆਮ ਲੋਕ ਆ ਅਸੀਂ ਆਮ ਲੋਕ ਹੈ ਤਾਂ ਅਸੀਂ ਆਮ ਐਗਜ਼ਾਮਪਲ ਲੈਣੀ ਹੈ ਆ ਦੇਖੋ ਸਿੱਧੀਆਂ ਪਦਰੀਆਂ ਜੀਆਂ ਹੈ ਨਾ ਮੈਂ ਤਾਂ ਖੇਤਾ ਕੁੱਤਾਂ ਦੀ ਐਗਜ਼ਾਮਪਲਾਂ ਲਾਈਆਂ ਹੋਣੀਆਂ ਯਾਦ ਕਰਨੇ ਵਾਸਤੇ ਆਪਣੇ ਕੋਲ ਇਹ ਹੋ ਗਈਆਂ ਜੀ ਹੋਂਠੀ ਦੰਤੀ ਉਲਟ ਜੀਵੀ ਤਾਲਵੀ ਤੇ ਕੰਠੀ ਐਗਜ਼ਾਮੀਨਰ ਕਿਆ ਪਾ ਰਿਹਾ ਉਹ ਪਾ ਰਿਹਾ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਦੰਤੀ ਨਹੀਂ ਹੈ ਨਹੀਂ ਪਾਊਗਾ ਕਿਉਂਕਿ ਘੁਮਾਣਾ ਹੈ ਨਾ ਦਿਮਾਗ ਨੂੰ ਤਾਂ ਕਿਆ ਪਾਉਗਾ ਦੰਤੀ ਚ ਆ ਪਾ ਦੂਗਾ ਤਿੰਨ ਇੱਕ ਐਸੇ ਚੱਕੇ ਪਾ ਦੂਗਾ ਕੋਈ ਇੱਕ ਉਹਨਾ ਚੱਕੇ ਪਾ ਦੂਗਾ ਕੋਈ ਤੇ ਤੁਸੀਂ ਮੇਰਾ ਗੁੱਡੂ ਉੱਥੇ ਪੈਨਿਕ ਨਹੀਂ ਹੋਣਾ ਤੇ ਚੀਜ਼ਾਂ ਨੂੰ ਬੋਲ ਕੇ ਦੇਖ ਲੈਣਾ ਬੋਲ ਕੇ ਪਤਾ ਚੱਲ ਜੰਦਾ ਬੋਲ ਕੇ ਪਤਾ ਚੱਲ ਜੰਦਾ ਕਿਵੇਂ ਬੋਲਦੇ ਆ ਰਾਰਾ ਬੋਲ ਕੇ ਦੇਖੋ ਹੋਲੀ ਦੇਖ ਰਾਰਾ 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 ਕਹਿੰਦੇ ਨੇ ਜੀਬ ਕੰਬਦੀ ਆ फिर रारा क्या है कम्बा मुखनी गल हिंदी वाला र भी पंजाबी वाला र मेरे तो गंब दी अभी थोड़ी जी दी हल्की जी है ना अच्छा अगे भाई ने मिलने और क्या हाल है कहना मैं ठीक है जमे ठीक है अच्छा लल्ले भाई ਤੈਨੂੰ ਬੋਲਦੀ ਆ ਨਾ ਜਦ ਮੈਂ ਆ ਯਾ ਤੇਰੀਆਂ ਦੋਈ ਲੱਤਾਂ ਬਰਾਬਰ ਜੀਆਂ ਹੀ ਆ ਨਾ ਆ ਮੈਂ ਥੋੜੀ ਜਿਹੀ ਲੰਮੀ ਗੱਡਤੀ ਸੌਰੀ ਲੱਲਾ ਕਹਿੰਦੇ ਜਦੋਂ ਲੱਲਾ ਉਚਾਰਿਆ ਜਾਂਦਾ ਨਾ ਤਾਂ ਜਿਹੜੀ ਜੀਭ ਹੈ ਨਾ ਦੋਏ ਪਾਸੇ ਛੁੰਦੀ ਹੈ ਲੱਲਾ ਦੋਨੋਂ ਪਾਸੇ ਹੈ ਨਾ ਪਾਸੇ ਦਾ ਰ ਡਾਡਾ ਫਰਾਟੇਦਾਰ ਹੈ ਡਾਡਾ ਫਰਾਟੇਦਾਰ ਹੈ ਫੜਕਵਾ ਬੋਲਦੇ ਅਸਲ ਜੇ ਨੂੰ ਆ ਤੁਹਾਡਾ ਮਾਰਕਰ ਜਾ ਹੋ ਗਿਆ ਇਹਨੂੰ ਆਪਾਂ ਲਾ ਦੰਨੇ ਹੁਣ ਫੜਕਵਾ ਇਹ ਡਾਡਾ ਹੈ ਮੇਰਾ ਗੁੱਡੂ ਹੈ ਡਾਡਾ ਓਕੇ ਗੁੱਡ ਇੱਕ ਪਤਾ ਨਹੀਂ ਮੈਂ ਕੋਈ ਗੀਤ ਸੁਣਿਆ ਮੈਨੂੰ ਗਾਇਕ ਨਹੀਂ ਯਾਦ ਉਹ ਕਹਿੰਦਾ ਕਿ ਪੰਜਾਬੀ ਭਾਸ਼ਾ ਐਡੀ ਬੁਲੰਦ ਭਾਸ਼ਾ ਆ ਕਿ ਸਾਡੀ ਤਾਂ ਬਿੰਦੀ ਵੀ ਬੋਲਦੀ ਹੈ ਹੈਨਾ ਜਿੱਥੇ ਤੁਸੀਂ ਹਰ ਭਾਸ਼ਾ 'ਚ ਦੇਖੋ ਕਿ ਕਿਤੇ ਐਫ ਸਾਇਲੈਂਟ ਹੈ ਹੈਨਾ ਚਾਈਨਾ ਦੇ ਵਿੱਚ ਐਸ ਸਾਇਲੈਂਟ ਹੈ ਸਾਡੇ ਇੰਗਲਿਸ਼ 'ਮਾ ਕਿੰਨੇ ਹੀ ਚੁੱਪਿਆਂ ਤੇ ਆਮ ਹੀ ਗੱਲ ਹੈ ਜੇ ਚੁੱਪੇ ਤਾਂ ਰੱਖੇਗਾ ਇਹਨੂੰ ਸਾਡਾ ਕੋਈ ਚੁੱਪ ਨਹੀਂ ਸਾਡੇ ਸਾਰੇ ਬੋਲਦੇ ਆ ਸਾਡੀ ਬਿੰਦੀ ਵੀ ਬੋਲਦੀ ਹੈ ਹੈਨਾ ਮਤਲਬ ਸਾਡੇ ਤਾਂ ਭਾਸ਼ਾ ਦੇ ਵਿੱਚ ਐਵੇਂ ਦੇ ਆ ਤੁਹਾਨੀਆਂ ਜਿਹੜੀਆਂ ਅਧੀਆਂ ਬੋਲਦੀਆਂ ਤੇ ਕੰਮ ਪੂਰਾ ਕਰ ਦਿੰਦੀਆਂ ਹੈ ਹੈਨਾ ਅਧੀਆਂ ਬੋਲਦੀਆਂ ਤੇ ਕੰਮ ਪੂਰਾ ਕਰ ਦਿੰਦੀਆਂ ਦੇਖੋ ਆਪਣੀ ਕਲਾਸ ਉਮੇ ਹੀ ਆ ਤੁਸੀਂ ਘੰਟਾਕ ਪੜਨਾ ਤਾਂ ਕੰਮ ਸਾਰਾ ਹੋ ਜਾਣਾ ਤੁਹਾਡਾ ਹੈਨਾ ਅਸੀਂ ਪੰਜਾਬੀ ਹੁੰਦੇ ਆ ਤਾਂ ਹੁਣ ਮੇਰਾ ਬੱਚਾ ਜਿਹੜਾ ਤੁਹਾਡਾ ਅਗਲਾ ਕਨਸੈਪਟ ਹੈ ਉਹ ਹੈ ਕਿ ਤੁਸੀਂ ਅੱਧੇ ਬੋਲ ਕੇ ਵੀ ਕੰਮ ਪੂਰੇ ਕਰਦੇ ਆਂ ਅੱਧੇ ਆ ਕੇ ਵੀ ਕੰਮ ਪੂਰੇ ਕਰਦੇ ਆਂ ਹੈਨਾ ਹੁਣ ਇਹਦੇ ਵਿੱਚੋਂ ਹੀ ਹੈ ਕਿ ਐਵੇਂ ਜਿਹੜੀਆਂ ਸਾਡੇ ਕੋਲ ਧੁਨੀਆਂ ਆ ਕਿਹੜੇ ਵਿਅੰਜਨ ਆ ਜਿਹੜੇ ਅੱਧੇ ਆ ਕੇ ਕੰਮ ਪੂਰਾ ਕਰਦੇ ਆਂ ਉਹਨਾਂ ਵਾਸਤੇ ਆਪਾਂ ਇਹਨੂੰ ਥੋੜਾ ਜਿਹਾ ਸਾਫ਼ ਕਰ ਦੰਨੇ ਤੇ ਆਪਾਂ ਇੱਥੇ ਲਿਖ ਲੈਂਦੇ ਆਂ चल मेरा राजा बेटा उन्होंने कहने हैं दुखर दु कहने हैं मेरा बच्चा उन्होंने हाँ शाबाश, मेरा बेटा ये है दुत तखर दु तखर साढे को गिनती मेन आ है।, है ना? ਦੇਖੋ ਇਹਦੇ ਅਨੁਸਾਰ ਹੀ ਕਰਨਾ ਤੁਸੀਂ ਕਿਉਂਕਿ ਕ੍ਰਮਵਾਰ ਤਰਤੀਬ ਆਣੀ ਤੁਹਾਨੂੰ ਬਹੁਤ ਜ਼ਰੂਰੀ ਹੈ ਗੁਰੂ ਅੰਗਦ ਦੇ ਮਹਾਰਾਜ ਨੇ ਕਿਸੇ ਗੱਲ ਪਿੱਛੇ ਇਹਨੂੰ ਐਵੇਂ ਤਰਤੀਬ ਚ ਦਿੱਤਾ ਆ ਹੈਨਾ ਤਾਂ ਉਹ ਲਿਖਣ ਦੀ ਲੋੜ ਤਾਂ ਨਹੀਂ ਹੈ ਕਿ ਗੁਰਮੁਖੀ ਸਕ੍ਰਿਪਟ 기ਵਨ ਬਾਈ ਗੁਰੂ ਅੰਗਦ ਦੇ ਮਹਾਰਾਜ ਜੀ ਹੈਨਾ ਇੱਥੇ ਲਿਖਿਆ ਜਾਊਗਾ ਤਾਂ ਮੈਂ ਲਿਖ ਵੀ ਦਿੰਨੀ ਆ श्री गुरु अंगद देव महाराज गुरु अंगद देव महाराज सैकंड गु, गुरु दूजे गुरु साहेबान जरा प्रीवियस या बचपन का नाम है वह भाई लहना जी है ना गुरु नानक देव तो बाद ने जरा है वह सिख फिलासफी अगे वाया तो दुत अखर है ना जोड़ा मेरा बेटा सब तो पहला हाहा आता हा हा दुत अखर मैं इतना हाहा लिख रही हूँ पहला ਦੂਜਾ ਮੇਰਾ ਰਾਜਾ ਬੇਟਾ ਫੇਰ ਉਹ ਸਾਡੇ ਕੋਲ ਆ ਗਿਆ ਹੈ ਜੀ ਰਾਰਾ ਮੇਰਾ ਬੇਟਾ ਹੈ ਨਾ ਸੈਕੰਡ ਰਾਰਾ ਤੇ ਤੀਜਾ ਮੇਰਾ ਬੇਟਾ ਸਾਡੇ ਕੋਲ ਹੈਗਾ ਆ ਵਾਵਾ ਹੈ ਨਾ ਤੇ ਹਾ ਹਾ ਰਾਰਾ ਤੇ ਵਾਵਾ ਇਹ ਸਾਡੇ ਕੋਲ ਕਿਹ ਐ ਜੀ ਸਾਡੇ ਦੋ ਤ ਅੱਖਰ ਆ ਹੁਣ ਹਾ ਹਾ ਰਾਰਾ ਵਾਵਾ ਤਿੰਨ ਦੋ ਤ ਅੱਖਰ ਐ ਅਰਧ ਸਵਰ ਨਹੀਂ ਹੈਗੇ ਇਹ ਯਾਦ ਰੱਖਿਓ ਹੈ ਨਾ ਸਾਡੇ ਵਕਤਾਂ ਜਿਹਨਾਂ ਨੂੰ ਅਰਧ ਸਵਰ ਵੀ ਦੱਸੀ ਜਾਂਦਾ ਫਿਰ ਜਦੋਂ ਅਸੀਂ ਆਪਣੀ ਮਾਸਟਰਸ ਕਰੀ ਉਦੋਂ ਸਾਨੂੰ ਕਲੀਅਰ ਹੋਇਆ ਕਿ ਅਰਧ ਸਵਰ ਚ ਯਈਆ ਵੀ ਆਉਂਦਾ ਆ ਯਈਆ ਤੇ ਰਾਰਾ ਦੁੱਤ ਅੱਖਰ ਸਾਡੇ ਕੋਲ ਤਿੰਨ ਹੈ ਹਾ ਹਾ ਰਾ ਰਾ ਤੇ ਵਾ ਵਾ ਹੁਣ ਹਾ ਹੀ ਦੀ ਵਰਤੋਂ ਮਤਲਬ ਇਹ ਅੱਧਾ ਯੂਜ਼ ਹੁੰਦਾ ਅੱਧਾ ਹੈਨਾ ਤੁਸੀਂ ਪੜ੍ਹਦੇ ਲਿਖਦੇ ਹੈਗੇਗਾ ਕਿ ਨਹੀਂ ਪਪਾ ਹੜਾੜਾ ਤੇ ਪੈੜ ਚ ਹਾ ਹਾ ਇਹ ਹੋ ਗਿਆ ਪੜ੍ਹ ਪੜ੍ਹਾਈ ਐ ਪਾਊਗਾ ਪੜ੍ਹਾਈ ਦੇ ਵਿੱਚ ਰਾੜੇ ਦੇ ਪੈੜ ਚ ਹਾ ਹਾ ਪਾਊਗਾ ਅਗਲੀ ਇੱਕ ਹੋਰ ਸਿੰਪਲ ਕੁਐਸਚਨ ਹੈ ਯਾਰ ਮੈਂ ਨਾ ਅੱਜ ਪੁਦੀਨੇ ਦੀਆਂ ਜੜਾ ਲੈ ਕੇ ਜਾਣੀ ਆ ਪਿੰਡ ਨੂੰ ਹੈਨਾ ਹੁਣ ਸਿਆਲ ਆ ਗਿਆ ਤੇ ਧਣੀਆਂ ਪੁਦੀਨਾ ਆਪਾਂ ਘਰ ਹੀ ਲਾ ਲੈ ਜੜ ਹੜ ਵੀ ਹੋ ਸਕਦਾ ਹੈ ਨਾ ਤੇ ਅਸੀਂ ਪੰਜਾਬੀ ਆ ਤਾਂ ਕਹਿੰਦੇ ਪੰਜਾਬੀ ਲੜਨ ਨੇ ਤਿਆਰ ਰਹਿੰਨੇ ਗਲਤ ਗੱਲ ਹੈ ਜਮਈ ਹੈ ਨਾ ਆ ਹੋ ਗਿਆ ਜੀ ਲੜ ਲੜਾਈ ਹੈ ਨਾ ਲੜ 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 ਬੋਲਣ ਜੀ ਹੁਣ ਇਹ ਹਾਏ ਦੀ ਵਰਤੋਂ ਹੋ ਗਈ ਹੈ ਜੀ ਅੱਗਿਆ ਗਿਆ ਰਾਰਾ ਪੱਪੇ ਦੇ ਪੈੜ ਚ ਰਾਰਾ ਉੱਪਰ ਟਿੱਪੀ ਤੱਤਾ ਤੇ ਉਹਨੂੰ ਦੋ ਦੋ ਲੰਕਰ ਪਰੰਤੂ ਪਪੇ ਦੇ ਪੈਰ 'ਚ ਰਾਰਾ ਤੇ ਉੱਪਰ ਇੱਕ ਲਾਂ ਤੇ ਮੰਮਾ ਪ੍ਰੇਮ ਦੋਨੋਂ ਹਿੰਦੀ ਤੋਂ ਆਏ ਸਾਡੇ ਕੋਲ ਹੈ ਨਾ ਮੇਰਾ ਗੁੱਡੂ ਹੁਣ ਮੈਂ ਤੁਹਾਨੂੰ ਇਹਦੀ ਇੱਕ ਛੋਟੀ ਜੀ ਐਗਜ਼ਾਮਪਲ ਦੇਣ ਲੱਗੀ ਆ ਮੈਨੂੰ ਤੁਸੀਂ ਇਹ ਦੱਸਣਾ ਵੀ ਆਹਾਂ ਸ਼ੁੱਧ ਹੈ ਕਿ ਅਸ਼ੁੱਧ ਹੈ ਇੱਕ ਗਲਤ ਹੈ ਕਾਹਤੇ ਗਲਤ ਹੈ ਇੱਥੇ ਦੇਖੋ परम तो आत्मा दो एवे दे शब्द हैं जो फुल फुल मीनिंग है जो तो दो फुल मीनिंग मिलकर तीया बना समासी कहें है ना परंतु प्रेम परमात्मा परम आत्मा ही परमात्मा होंगी क्योंकि जो है तो मुक्ता है हर जगह मिलना ही मिलना परमात्मा ठीक है ਪ੍ਰਮਾਤਮਾ ਨਹੀਂ ਬੋਲ ਕੇ ਦੇਖ ਲਿਨਾ ਪ੍ਰਮਾਤਮਾ ਗਲਤ ਹੈ ਪਰਮਾਤਮਾ ਠੀਕ ਹੈ ਔਰ ਇਹ ਪੇਪਰ ਚ ਕੁਐਸਚਨ ਆਇਆ ਹੋਇਆ ਤੁਹਾਨੂੰ ਪੀ ਐਚ ਡੀ ਦਾ ਵਾਈਵਾ ਹੁੰਦਾ ਹੈ ਸਾਡੇ ਯੂਨੀਵਰਸਿਟੀ ਚ ਤਾਂ ਅਸੀਂ ਜਿਹੜੇ ਉਹਨਾਂ ਵਕਤਾਂ ਚ ਸਕਾਲਰ ਹੁੰਦੇ ਆਂ ਤੇ ਉਹ ਵਾਈਵਾ ਚ ਆਏ ਬਹਿ ਜਾਂਦੇ ਹੁੰਦੇ ਹਨ ਵੀ ਚਲੋ ਨੌਲੇਜ ਮਿਲੂਗੀ ਹੈਨਾ ਤਾਂ ਇਹ ਕੁਐਸਚਨ ਦੇਖੋ ਮੈਨੂੰ ਨਹੀਂ ਪਤਾ ਕਿ ਪੇਪਰ ਚ ਕਿਵੇਂ ਆਇਆ ਕਿਉਂਕਿ ਮੈਂ ਕਈ ਮਹੀਨਿਆਂ ਪਹਿਲਾਂ ਜਾਂ ਇਹ ਤਕਰੀਬਨ ਡੇਢ ਸਾਲ ਪਹਿਲਾਂ ਇਹ ਵਾਈਵ ਵਿੱਚ ਸੁਣਿਆ ਸੀਗਾ ਉੱਥੇ ਇੱਕ ਬੱਚੇ ਨੇ ਉਹਦੇ ਵਿੱਚ ਪੀਪੀਟੀ ਦੇ ਵਿੱਚ ਇਹ ਵਰਡ ਲਿਖਿਆ ਤੇ ਉੱਥੇ ਕੁਐਸਚਨ ਹੋਇਆ ਕਿ ਪੱਪੇ ਦੇ ਪੈਰ 'ਤੇ ਰਾਰਾ ਕਾਤੇ ਠੀਕ ਹੈ ਕਿ ਗਲਤ ਹੈ ਉਹ ਬੱਚੇ ਨੇ ਕਿਹਾ ਠੀਕ ਹੈ ਕਿਉਂਕਿ ਅਸੀਂ ਠੀਕ ਹੀ ਪੜ੍ਹਦੇ ਆਏ ਹੈਨਾ ਪਰ ਇਹ ਗਲਤ ਸੀਗਾ ਆਨਸਰ ਸਰ ਨੇ ਇਹ ਦੇ ਕੇ ਮਜ਼ਾਕ ਚੁੜਾਤਾ ਕਿ ਪਰਮਾਤਮਾ ਦੇ ਨਾਮ 'ਚ ਪੈਰਪੋੜ ਚ ਨਹੀਂ ਪੈਣਾ ਕਿਸੇ ਨੇ ਵੀ ਸਨ ਤੇ ਬਰਾਬਰ ਹੈ ਸਾਰਾ ਕੁਝ ਸਿੱਖ ਫਿਲਾਸਫੀ ਚ ਹੈਨਾ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਤੇ ਲਾਵੌਰ ਕਿਸੇ ਅੱਗੇ ਝੁਕਦੇ ਨਹੀਂ ਤਾਂ ਉਹਨਾਂ ਨੇ ਆਏ ਕਹਿ ਕੇ ਸਾਰ ਦਿੱਤਾ ਜਦੋਂ ਕਿ ਨਾ ਪਾਸ਼ਾ ਵਿਗਿਆਨੀ ਸਮੇਂ-ਸਮੇਂ ਦੇ ਉੱਪਰ ਇਹਨਾਂ ਚੀਜ਼ਾਂ 'ਤੇ ਕੰਮ ਕਰਦੇ ਆ ਆ ਮੇਰਾ ਗੁੱਡੂ ਠੀਕ ਹੈ ਆ ਮੇਰਾ ਬੱਚਾ ਠੀਕ ਨਹੀਂ ਪ੍ਰਮਾਤਮਾ ਪਰਮਾਤਮਾ ਹੁਣ ਸਾਡੇ ਗਲੀ ਜੀ ਬਹੂ ਹੈ ਉਹਦਾ ਨਾਮ ਹੈਗਾ ਇਹ ਪ੍ਰਿਆ ਪ੍ਰਿਆ ਹੁਣ ਜੇ ਇਹ ਰਾਰਾ ਉਹਦੇ ਪਪੇ ਦੇ ਨਾਲ ਅਜਾ ਪਿਰਿਆ ਰਾਰਾ ਬੁਕ ਪੂਰਾ ਉਚਾਰਿਆ ਗਿਆ ਨਾ ਅੱਧਾ ਉਚਾਰਨਾ ਤੇ ਪੂਰਾ ਉਚਾਰਨਾ ਉਚਾਰਨ ਦਾ ਆਹੀ ਫਰਕ ਆ ਪ੍ਰੇਮ ਪਰੰਤੂ ਪਰੰਤੂ परंतु है ना प्रेम परमात्मा परमात्मा ही परमात्मा बनती है जो सा जी हो रहा तो देखो कि दिमाग चाहता है अगे भाई प्यारा वाहवा है ना स्वै मान स्वै जीवनी है ना स्व किरत यह मेरा, मेरा बेटा वाहवा स्व मान स्वै जीवनी स्वै किरत यह सारा स्वै द आता यह थोड़े ऑन ਸਮਾਰਟ ਬੋਰਡ ਠੀਕ ਨਹੀਂ ਹੈ ਪੰਜਾਬੀਆਂ ਨੂੰ ਤਾਂ ਵਾਈਟ ਬੋਰਡ ਹੀ ਚੰਗੇ ਆ ਸਵੈਮਾਨ ਸਵੈਜੀਵਣੀ ਹੈ ਨਾ ਐਵੇਂ ਦੇ ਕੁਐਸਚਨ ਤਾਂ ਸਾਡੇ ਕੋਲ ਤਿੰਨੇ ਆ ਜੀ ਹਾ ਹਾ ਰਾ ਰਾ ਤੇ ਵਾ ਵਾ ਤੁਸੀਂ ਇਹਦੀ ਰੋਜ਼ ਹੀ ਵਰਤੋਂ ਕਰਦੇ ਆ ਠੀਕ ਹੈ ਦੁੱਤ ਅੱਖਰਾਂ ਦੀ ਗਿਣਤੀ 3 ਨਾਸਕੀਆਂ ਦੀ 5 ਹੈ ਜੀ ਦੰਤੀ કંਠੀ ਉਲਟ ਜੀਵੀ ਦੰਤ ਹੈ ਨਾ ਹੋਠੀ ਇਹਨਾਂ ਦੀ ਗਿਣਤੀ 4-4 ਹੈ ਤੁਹਾਡੇ ਕੋਲ ਠੀਕ ਹੈ ਇੱਕ ਵਾਰੀ ਪੇਪਰ 'ਚ ਕੁਐਸਚਨ ਆਇਆ ਕਿ ਪੰਜਾਬੀ ਗੁਰਮੁਖੀ ਦੇ ਵਿੱਚ ਡੱਕਮੇ ਵਿਅੰਜਨਾਂ ਦੀ ਗਿਣਤੀ ਕਿੰਨੀ ਹੈ ਹੈ ਨਾ ਡੱਕਮਾ ਤਾਂ ਹੁੰਦਾ ਹੈ ਬੰਦ ਕਰ ਦੇਣਾ ਬਾਜੀ ਦਾ ਇੱਕ ਵਰਡ ਹੈ ਡੱਕਮਾ ਹੈ ਨਾ ਡੱਕਣਾ ਡੱਕ ਦੇਣਾ ਅਸੀਂ ਤੈਨੂੰ ਅੰਦਰ तो मैं देखो एक अंदर डक दते हैं किन्ने बन है? रहे हैं पंद्रह बन रहे हैं मेरे को थोड़े कोशन कि डक डकमे व्यंजन किन्ने है? आंसर इज आ फिफ्टीन में पंद्रह आ डक में कका खक्ा गगा चचा छचा मतलब पहले तीन तीन चक लो ना यह डकमे हो गए मेरा बुढ़ो ਨੇ 35 ਹੈ ਹੁਣ ਅਗਲਾ ਕੁਐਸਚਨ ਤੁਹਾਡੇ ਕੋਲ ਪੇਪਰ ਵਾਲਾ ਇਹ ਪਾ ਸਕਦਾ ਆ ਕਿ 35 ਅੱਖਰੇ ਚ 35 ਅੱਖਰ ਹੈ ਤੇ ਵਰਣਮਾਲਾ ਚ ਕਿੰਨੇ ਆ ਹੈਨਾ ਵਰਣਮਾਲਾ ਦੇ ਵਿੱਚ ਵਰਣਾਂ ਦੀ ਗਿਣਤੀ ਦੱਸੋ ਆ ਪੁੱਛਿਆ ਉਹਨੇ ਵਰਣਮਾਲਾ ਦੇ ਵਿੱਚ ਵਰਣਾਂ ਦੀ ਗਿਣਤੀ 41 ਹੈ ਆਨਸਰ ਇਹ ਹੈ ਉਹ ਕਿੱਥੇ ਤੇ ਆਗੇ ਵਰਣਮਾਲਾ ਦੇ ਵਰਣ ਵਈ ਇਹ ਕੀ ਗੱਲ ਕਹੀ ਜਾਂਦੇ ਹੁਣ ਤਾਂ ਤੁਸੀਂ 35 ਅੱਖਰੀ 35 ਅੱਖੀ ਦਾ ਰੋਲਾ ਪਾ ਰੱਖਿਆ ਹੁਣ ਆਹ ਜਿਹੜਾ ਤੁਹਾਡੇ ਕੋਲ ਮੇਰਾ ਬੇਟਾ ਐਡਾ ਵੜਾ ਆਪਾਂ ਚਾਰਟ ਬਣਾਇਆ ਹੈ ਨਾ ਤੁਸੀਂ ਆਪ ਵੀ ਪੜ੍ਹ ਸਕਦੇ ਇਹਨੂੰ ਮੈਂ ਤੁਹਾਨੂੰ ਸਿੱਧੀ ਜੀ ਗੱਲ ਦੱਸਾਂ ਸਾਡੇ ਐਮਏ ਦੇ ਵਿੱਚ ਇੱਕ ਕਿਤਾਬ ਹੁੰਦੀ ਸੀਗੀ ਪ੍ਰੇਮ ਪ੍ਰਕਾਸ਼ ਦੀ ਉਹ ਚੋਂ ਪੜ੍ਹਿਆ ਹੋਇਆ ਸੀ ਬੁੱਟਾ ਸਿੰਘ ਬਰਾੜ ਚੋਂ ਪੜ੍ਹਿਆ ਹੋਇਆ ਸੀ ਹੈਨਾ ਯਈਆ ਰਾਰਾ ਲੱਲਾ ਵਾਵਾ ਡਾੜਾ ਤੱਕਰ ਸਾਡੇ ਕੋਲ 35 ਅੱਖਰੀ ਰਹੀ ਹੁਣ ਹੋਇਆ ਕਿ ਆ ਕਿ ਜੇ ਪੰਜਾਬੀ ਭਾਸ਼ਾ ਸੰਸਕ੍ਰਿਤ ਤੋਂ ਆਈ ਹੈ ਐਗਜ਼ਾਮਪਲ ਮੈਂ ਤੁਹਾਨੂੰ ਦੇਣ ਵਾਸਤੇ ਹੈ ਨਾ ਤਾਂ ਸੰਸਕ੍ਰਿਤ ਵਿੱਚ ਸਾਡੇ ਕੋਲ ਆਸ਼ ਸ਼ਾ ਹੈ ਮੇਰਾ ਬੇਟਾ ਇੱਕ ਮੇਰਾ ਗੁੱਡੂ ਆਸ਼ ਸ਼ਾ ਹੈ ਇੱਕ ਚਲੋ ਮੈਂ ਆਸ਼ ਸ਼ਾ ਲੈ ਲੈਂਦੀ ਆ ਇਹ ਸ ਹੈ ਇਹ ਸ਼ਾ ਹੈ ਸ ਹੈ ਹੁਣ ਸਾਡੇ ਕੋਲ ਪੰਜਾਬੀ ਮਾਂ ਤਾਂ ਕਾਕਾ ਇੱਕ ਆ ਹੀ ਹੈ ਹੁਣ ਹਿੰਦੀ ਚ ਆ ਗਿਆ ਸ਼ੇਰ ਪੰਜਾਬੀ ਮਾਂ ਦਾ ਸਾਡੇ ਕੋਲ ਸ਼ੇਰ ਹੀ ਹੈ ਹੈ ਨਾ ਹੁਣ ਮੇਰਾ ਘਰ ਦਾ ਕੋਈ ਬੰਦਾ ਰਾਤ ਨੂੰ ਉੱਠ ਕੇ ਮੈਨੂੰ ਕਹੇ ਮੈਨੂੰ ਡਰ ਲੱਗਦਾ ਡਰ ਲੱਗਦਾ ਮੇਰੇ ਸੁਪਨੇ ਚ ਸ਼ੇਰ ਆ ਗਿਆ ਮੈਂ ਉਹਨੂੰ ਕਹੂੰ ਪਹਿਲਾਂ ਤੂੰ ਦੁਆਰੇ ਦੇ ਸੌਂ ਜਾ ਸ਼ੇਰ ਆਊਗਾ ਜਾਂ ਫੇਰ ਮੈਨੂੰ ਠਾੜੀ ਸ਼ੇਰ ਨਹੀਂ ਹੁੰਦਾ ਸ਼ੇਰ ਹੁੰਦਾ ਆ ਹ ਮਸਲਾ ਕਿਆ ਸੀਗਾ ਮਸਲਾ ਹੈਨਾ ਮਸਲਾ ਨਹੀਂ ਮਸਲਾ ਮਸਲਾ ਇਹ ਸੀਗਾ ਕਿ ਜੇ ਪੰਜਾਬੀ ਸੰਸਕ੍ਰਿਤ ਤੋਂ ਆਈ ਤੇ ਜੇ ਪੰਜਾਬੀ ਵਿੱਚ ਉਰਦੂ ਫਾਰਸੀ ਦਾ ਪ੍ਰਭਾਵ ਹੈ ਤਾਂ ਸਾਡੇ ਕੋਲ ਤਾਂ ਧੁਨੀਆਂ ਹੀ ਹੈ ਨਹੀਂ अस क्या कर अपना दिमाग लाया अस नवियां ध्वनिया आही चक्के बना लिया बिंदिया ला के ससे पैर बिंदी शी श मैं नोलिया नाल नाल ने शेर शरबत है ना शान शहीदी सानी शान शहीद नी शहीद शरबत नी शरबत श शुद्धनी शुद्ध उनके से जवाग ਦਾ ਨਾਮ ਨਾ શુભਦੀਪ ਹੋਵੇ ਤਮਾਈ ਲਿਖੂਗਾ ਨਾ ਸ਼ੁਭ ਸ਼ੁਭ ਤਾਂ ਇਹ ਨਾ ਲਿਖ ਦੂਗਾ ਬਿੰਦੀ ਵਾਲਾ ਸ਼ਰ ਲਾਊਗਾ ਨਾ ਸੱਸੇ ਪੈਰ ਬਿੰਦੀ ਮੇਰਾ ਬੇਟਾ ਨੈਕਸਟ ਖਬਰ ਖામੋਸ਼ ਖੁਸ਼ਬੂ ਕੱਕੇ ਪੈਰ ਬਿੰਦੀ ਠੀਕ ਹੈ ਮੇਰਾ ਬੇਟਾ ਅੱਗੇ ਚੱਲੀਏ ਮੇਰਾ ਬੇਟਾ ਗੱਗੇ ਪੈਰ ਬਿੰਦੀ ਗੁਲਦਸਤਾ ਗੁਬਾਰਾ ਸਟੈਡਿਕ ਪ੍ਰੋਫੈਸਰ ਸਾਹਿਬ ਹੁੰਦੇ ਪ੍ਰੋਫੈਸਰ ਗੁਲਵੰਤ ਗੁਲਵੰਤ ਗਲਵੰਤ ਨਹੀਂ ਗੁਲਵੰਤ ਉਹੀ ਐਗਜ਼ਾਮਪਲ ਐ ਮੈਂ ਪਿਛਲੇ ਜਿਆਦੀ ਪੜਾ ਰਹੀ ਆਹੀ ਐਗਜ਼ਾਮਪਲ ਦੇ ਰਹੀ ਤੁਹਾਨੂੰ ਵੀ ਆਹੀ ਦੇਣੀ ਗੁਲਵੰਤ ਸਰ ਇੱਕ ਵਾਰੀ ਇੱਕ ਹੱਟੀ ਪਰ ਗਏ ਹੱਟੀ ਮਤਲਬ ਦੁਕਾਨ ਜਿਵੇਂ ਤੁਸੀਂ ਗਰੋਸਰੀ ਸਟੋਰ ਜਾਂਦੇ ਆ ਨਾ ਸਾਡੇ ਪਿੰਡਾਂ ਚ ਹੱਟੀ ਹੁੰਦੀ ਏ ਇੱਕੋ ਹੀ ਹੱਟੀ ਹੁੰਦੀ ਓਥੇ ਨੂਨ ਤੇਲ ਮਿਲਦਾ ਹੁੰਦਾ ਹੁੰਦਾ ਨਾ ਉਹ ਹੱਟੀ ਪਰ ਅਸੀਂ ਗਏ ਤਾਂ ਅਸੀਂ ਹੱਟੀ ਵਾਲੇ ਨੂੰ ਕਿਹਾ ਕਿ ਸਾਨੂੰ ਗੁਲਕੰਦ ਚਾਹੀਦਾ ਹੈ ਗੁਲਾਬ ਦੀਆਂ ਪੱਤੀਆਂ ਚ ਦੇਸੀ ਖੰਡ ਤੇ ਸ਼ਹਿਦ ਪਾ ਕੇ ਮਿੱਠੀ ਜੀ ਇੱਕ ਡਿਸ਼ ਬਣਾਈ ਹੁੰਦੀ ਆ ਸੀ ਹੈ ਨਾ ਜਿਵੇਂ ਤੁਹਾਡੀ ਚਾਕਲੇਟ ਆਈਸਕ੍ਰੀਮ ਆ ਤੇ ਸਾਡੀ ਉਹ ਹੁੰਦੀ ਅਸੀਂ ਉਹਨੂੰ ਗੁਲਕੰਦ ਕਹਿੰਦੇ ਆ ਗੁਲਕੰਦ ਉਹ ਦੁਕਾਨਦਾਰ ਮੈਨੂੰ ਦੋ ਵਾਰ ਦੇਖ ਕੇ ਕਹਿੰਦਾ ਕਿ ਸਾਡੇ ਕੋਲ ਤਾਂ ਜੀ ਗੁਲਕੰਦ ਹੁੰਦਾ ਆ ਹੁਲਕੰਦ ਨਹੀਂ ਜਿੰਨਾ گاੜਾ ਤੁਸੀਂ ਮੰਗਦੇ ਆ ਉਹਨਾਂ ਅਸੀਂ ਨਹੀਂ ਰੱਖਦੇ जो ध्वनिया तो का उचारण गाढ़ा करना हो होदों बिंदिया ला दू सैर बिंदी खे पैर बिंदी ग्गे पैर बिंदी जोरावर सिंह है ना बाबा जोरावर सिंह जंजीर है ना ਜੁਲਫਨੀ ਜ਼ੁਲਫ ਅੱਗੇ ਮੇਰਾ ਬੇਟਾ ਫਫੇ ਪੈਰਬਿੰਦੀ ਤੇ ਲਾਸਟ ਚ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਲਾਈ ਹੈ ਲੱਲੇ ਪੈਰਬਿੰਦੀ ਹੈ ਨਾ ਫਫੇ ਪੈਰਬਿੰਦੀ ਫਾਰਸੀ ਫਲਸਫਾ ਫੁਰਸਤ ਹੈ ਨਾ ਫ ਹਿੰਦੀ ਚ ਫਫੇ ਪੈਰਬਿੰਦੀ ਦਾ ਕੋਈ ਲੈਣਾ ਦੇਣਾ ਨਹੀਂ ਹੈ ਉਰਦੂ ਦਾ ਪ੍ਰਭਾਵ ਹੈ ਇਹ ਜੇ ਅਸੀਂ ਕੋਈ ਉਰਦੂ ਦਾ ਸ਼ਬਦ ਬੋਲਣਾ ਤਾਂ ਅਸੀਂ ਫਫੇ ਪੈਰਬਿੰਦੀ ਲਾਉਣੀ ਹੈ ਨਾ ਫੁਰਸਤ ਫਲਸਫਾ ਫਾਰਸੀ ਲੱਲੇ ਪੈਰ ਬਿੰਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਿੱਤੀ ਹੋਈ ਉਹ ਕਹਿੰਦੇ ਜਿਵੇਂ ਕਿ ਆਲਾ ਨਾਲਾ ਆਲਾ ਨਾਲਾ ਨਹੀਂ ਰਾਈਟ ਤਾਂ ਤੁਹਾਡੇ ਕੋਲ ਕੁਸਚਨ ਇਹ ਹੈ ਕਿ ਇਹ ਜੇ 35 ਦੇ ਵਿੱਚ ਅਸੀਂ 6 ਹੋਰ ਜੋੜੇ ਤਾਂ 41 ਹੋਗੇ ਨਾ ਤਾਂ ਇਹਨੂੰ ਨਵੀਨ ਵਰਗ ਕਹਿਣਾ ਹੈ ਅਸੀਂ ਹੁਣ ਜਿਹੜਾ ਇਹ ਨਵੀਨ ਵਰਗ ਆ ਇਹ ਕਿਹੜੀ ਭਾਸ਼ਾ ਦੇ ਅਧਾਰ ਅਧੀਨ ਆਇਆ ਇਹਨੂੰ ਫਾਰਸੀ ਭਾਸ਼ਾ ਦੇ ਅਧੀਨ ਆਇਆ ਦੱਸਦੇ ਆ ਆਇਆ ਜਿਵੇਂ ਮਰਜੀ ਪੇਪਰ ਵਾਲਾ ਕਹਿੰਦਾ ਹੈ ਕਿ ਫਾਰਸੀ ਬਾਸ਼ਾ ਦੇ ਪ੍ਰਭਾਵ ਅਧੀਨ ਨਵੀਆਂ ਧੁਨੀਆਂ ਦੀ ਗਿਣਤੀ ਕਿੰਨੀ ਹੈ ਆਨਸਰ ਕੀ ਹੈ ਮੇਰਾ ਗੁੱਡਾ 6 ਸ ਖ ਗ ਜ ਫ ਲ ਹੈ ਨਾ ਤੁਸੀਂ ਜਦੋਂ ਕੋਈ ਮਾੜਾ ਮੋਟਾ ਸ਼ੇਰ ਉਹ ਸ਼ਾਇਰੀ ਕਰਦੇ ਆ ਹੈ ਨਾ ਤਾਂ ਉਹਦੇ ਵਿੱਚ ਤੁਸੀਂ ਆਹ ਸ਼ਬਦਾਂ ਦਾ ਇਸਤੇਮਾਲ ਆਮ ਹੀ ਕਰਦੇ ਆ ਹੈ ਨਾ ਵਫਾ ਸ਼ਫਾ ਕਰਦੇ ਆ ਨਾ ਹੈ ਫਕੀਰੋਂ ਸੇ ਤਾਲੁਕ ਰੱਖਾ ਕਰੇ ਫਕੀਰ ਹੈ ਨਾ ਫਕੀਰੋਂ ਸੇ ਤਾਲੁਕ ਰੱਖਾ ਕਰੇ ਇਹ ਉਹ ਲੋਗ ਹੈ ਜੋ ਸ਼ਬਦੋਂ ਸੇ ਸ਼ਫਾ ਕਰਤੇ ਹਨ ਸ਼ਫਾ ਹੁੰਦਾ ਇਲਾਜ ਹੈ ਨਾ ਤੇ ਇਲਾਜ ਕਰਦੇ ਹਨ ਵਫਾ ਸ਼ਫਾ ਇਹ ਉਧਰੋਂ ਆਏ ਸਾਰੇ ਉਹਨਾਂ ਨੂੰ ਚਾੜਨੇ ਵਾਸਤੇ ਅਸੀਂ ਬਿੰਦੀਆਂ ਲਾ ਲਈਆਂ ਅਜੇ ਇਹ ਫਾਰਸੀ ਭਾਸ਼ਾ ਤੋਂ ਆਇਆ ਨਾ ਮੇਰਾ ਗੁੱਡੂ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਵੀ ਜਿਹੜੀ ਅਫੀਸ਼ੀਅਲ ਲੈਂਗੁਏਜ ਹੈ ਉਹ ਫਾਰਸੀ ਹੈ ਹੈ ਨਾ ਮਹਾਰਾਜਾ ਰਣਜੀਤ ਸਿੰਘ ਦੇ ਟਾਈਮਾਂ ਚ ਜਿਹੜੀ ਅਫੀਸ਼ੀਅਲ ਦਫ਼ਤਰੀ ਭਾਸ਼ਾ ਉਹ ਫਾਰਸੀ ਹੈ ਤੇ ਸਾਨੂੰ ਸਾਰਿਆਂ ਨੂੰ ਉਰਦੂ ਤਾਂ ਹੁਣ ਤੱਕ ਆਂਦੀ ਰਹੀ ਸਾਡੇ ਬਜ਼ੁਰਗਾਂ ਨੂੰ ਉਰਦੂ ਹੁਣ ਤੱਕ ਆਂਦੀ ਰਹੀ ਹੈ ਯਾਦ ਰੱਖਿਓ ਤੇ ਆ ਫਾਰਸੀ ਭਾਸ਼ਾ ਦੇ ਅਧੀਨ ਆ ਗਏ ਤੁਸੀਂ ਸ਼ੁੱਧ ਸ਼ੁੱਧ ਦੇ ਵਿੱਚ ਦੇਖਣਾ ਆ ਇਹ ਤੁਹਾਨੂੰ ਪੇਪਰ 'ਚ ਵੀ ਆਉਣਾ ਹੈ ਤੁਹਾਨੂੰ ਹੈਨਾ ਇਹ ਆ ਜਾਣਾ ਹੈ ਪੇਪਰ ਦੇ ਵਿੱਚ ਇਹ ਸ਼ੁੱਧ ਸ਼ੁੱਧ ਦਾ ਇੱਕ ਕੁਐਸਚਨ ਆ ਹੀ ਰਿਹਾ ਸਿੱਧਾ ਸਿੱਧਾ ਕਿ ਇਹ ਕਿਵੇਂ ਪਾਊਗਾ ਜੀ ਚੌਗਿਰਦਾ ਕਿਵੇਂ ਪਾਊਗਾ ਖੁਸ਼ਬੂ ਕਿਵੇਂ ਪਾਊਗੀ ਉਹ ਬਿੰਦੀ ਕਦੀ ਸਸੇ ਦੇ ਬਹਿਚਲਾ ਆਂਦਾ ਕਦੀ ਖੱਖੇ ਦੇ ਬਹਿਚਲਾ ਆਂਦਾ ਤਾਂ ਮਤਲਬ ਕਿ ਅੱਜ ਕੱਲ ਦੇ ਜਵਾਗ ਐਡੇ ਮਹਾਨ ਆ ਅੱਦੇ ਤਾਂ ਮੈਂ ਇਹੋ ਜਿਹੇ ਬੱਚੇ ਵੀ ਪੜਾਏ ਪੱਪੇ ਦੇ ਪੈਰ 'ਚ ਵੀ ਬਿੰਦੀਆਂ ਪਾਈ ਜਾਂਦੇ ਹੈ ਹੈਨਾ ਪਤਾ ਨਹੀਂ ਕਿੱਥੇ ਕਿੱਥੇ ਬਿੰਦੀਆਂ ਪਾਈ ਜਾਂਦੇ ਜਿਹੜੇ ਹੈ ਵੀ ਨਹੀਂ ਮਤਲਬ ਮੈਂ ਜਦੋਂ ਉਹਨਾਂ ਦੇ ਕੁਐਸਚਨ ਚੈੱਕ ਕਰਦੀ ਆ ਤਾਂ ਮੈਂ ਕਈ ਵਾਰੀ ਘੁੰਮ ਜਾਂਦੀ ਆ ਕੀ ਯਾਰ ਫਿਰ ਸੋਝੀ ਨਹੀਂ ਤਾਂ ਬਿੰਦੀ ਹੈ ਹੀ ਨਹੀਂ ਇਹ ਨਵੇਂ ਹੀ ਤੂੰ ਕੱਢਦੇ ਤਾਂ ਪੱਪੇ ਦੇ ਪੈਰ 'ਚ ਬਿੰਦੀ ਕੱਤੇ ਆ ਗਈ ਬਸ ਹੈਨਾ ਮੈਂ ਕਿ ਸੋਸ਼ਲ ਮੀਡੀਆ 'ਵਾਂ ਦੇਖਿਆ ਕੋਈ ਵੀ ਸ਼ਬਦ ਉਹਨੂੰ ਕਹਿ ਰਿਹਾ ਛੋਟੇ ਜਿਹੇ ਜਵਾਗ ਨੂੰ ਟੈਂਕੀ ਕਿਵੇਂ ਹੋਊਗਾ ਕਹਿੰਦਾ ਪੱਪੇ ਬੈਰੀ ਪੱਪੇ ਬੈਰੀ ਪੀ ਟੈਂਕੀ ਮਤ ਤਬਾਸੂ ਮੈਂ ਤੁਹਾਡਾ ਵੀ ਹਾਲ ਭੱਜ ਗਿਆ ਔਰ ਭੱਗ ਗਈ ਨੂੰ ਇਕੱਠਾ ਕਰਿਆ ਹੋਇਆ ਤੁਸੀਂ ਭੱਗ ਗਈ ਆ ਹਜ਼ਾਬ ਹੋਇਆ ਤੁਹਾਡਾ ਤੁਹਾਡਾ ਦੋਸ਼ ਨਹੀਂ ਦੋਸ਼ ਸਾਡਾ ਆ ਅਸੀਂ ਬੋਲਦੇ ਨਹੀਂ ਪੰਜਾਬੀ ਮੁਹਾਲੀ ਪੰਜਾਬ ਦਾ ਇੱਕ ਡਿਸਟ੍ਰਿਕਟ ਹੈ ਪਿਛਲੇ 10 ਸਾਲਾਂ ਤੋਂ ਇੱਕ ਦਹਾਕੇ ਤੋਂ ਮੁਹਾਲੀ ਐਵੇਂ ਦਾ ਜ਼ਿਲ੍ਹਾ ਹੈ ਜਿੱਥੇ ਸ਼ਹਿਰੀ ਆਬਾਦੀ ਬਧੀ ਹੈ ਕਾਮਨ ਸੈਂਸ ਦੀ ਗੱਲ ਹੈ ਦੇਖ ਹੀ ਰਿਹਾ ਹੈ ਜਿੰਨਾ ਸੁਹਾਣਾ ਗੁਰਦੁਆਰਾ ਤੋਂ ਅੱਗੇ ਵਾਲਾ ਏਰੀਆ ਡਿਵੈਲਪ ਹੋਇਆ ਹੈ ਇਹ ਬਹੁਤ 10 ਸਾਲਾਂ ਦੀ ਦੇਣ ਹਰ 5 ਸਾਲਾਂ ਦੀ ਦੇਣ ਹੈ ਐਲੋ ਸਿਟੀ ਕਿ ਡਿਮੋਲ ਆ ਗਏ ਆ ਜੀ ਉੱਥੇ ਹੈ ਨਾ ਤੇ ਕਿੰਨਾ ਕੁਝ ਹੋ ਗਿਆ ਆ ਤਾਂ ਪੇਪਰ ਦਾ ਕੁਐਸਚਨ ਸੀਗਾ ਕਿ ਪੰਜਾਬ ਦਾ ਕਿਹੜਾ ਡਿਸਟ੍ਰਿਕਟ ਹੈ ਜਿਹੜਾ ਪਿਛਲੇ ਇੱਕ ਦਹਾਕੇ 10 ਸਾਲ ਤੋਂ ਇੱਕ ਡੈਕੇਡ ਤੋਂ ਸ਼ਹਿਰੀ ਆਬਾਦੀ ਆਪਣੇ ਕੋਲ ਵੱਧ ਲੈ ਕੇ ਆ ਰਿਹਾ ਮੋਹਾਲੀ ਹੈ ਜੀ ਉਹ ਮੋਹਾਲੀ ਪੰਜਾਬ ਦਾ ਡਿਸਟ੍ਰਿਕਟ ਹੈ ਨਾ ਅਸੀਂ ਜਦੋਂ ਮੋਹਾਲੀ ਬੱਸ ਉਤਰਦੇ ਹਾਂ ਤਾਂ ਕਹਿੰਦੇ ਭయ్యా 3B2 ਚਲੋਗੇ ਸਾਡੀ ਭਾਸ਼ਾ ਹਿੰਦੀ ਹੋ ਜਾਂਦੀ ਹੈ ਜਦੋਂ ਕਿ ਪੰਜਾਬ ਲਾਲੜੂ ਤੱਕ ਆ ਮੋਹਾਲੀ ਡਿਸਟ੍ਰਿਕਟ ਲਾਲੜੂ ਤੱਕ ਪਿਆ ਹੈ ਜੀ ਪਤਾ ਲੋਕਾਂ ਨੂੰ ਡੇਰਾ ਬਸੀ ਵਾਲਿਆਂ ਨੂੰ ਕਿਉਂਕਿ ਉਹੀ ਹੈ ਨਾ ਪ੍ਰਭਾਵ ਪੁਆਧੀ ਦਾ ਜਾਂ ਹਿੰਦੀ ਦਾ ਪ੍ਰਭਾਵ ਜ਼ਿਆਦਾ ਹੈ ਇਹ ਤੁਹਾਡੀ ਭਾਈ ਸਿਰਫ ਔਰ ਸਿਰਫ ਭਾਸ਼ਾ ਦੀ ਉਚਾਰਨ ਦੀਆਂ ਜਿਹੜੀਆਂ ਢੰਗ ਤਰੀਕੇ ਆ ਉਹ ਐ ਤੁਹਾਡੇ ਕੋਲ ਸੋਹਣੀ ਗੱਲ ਹੈ ਹਲੇ ਸਿਰਫ ਤੁਸੀਂ ਚਿੰਨ ਪ੍ਰਬੰਧ ਦੇਖੇ ਹੈ भाषा तो हले हाले नहीं है भाषा बढ़ने वास्ते लास्ट है जी उस तो बाद खत्म कर देंगे वैसे साढ़े ग्यारह हो ही गए मैं लगता हम मैं दसो कि जिन्ना मैं थोन कराया तो समझ आया है है ना थोड़ा कोई ये क्वेश्चन हो मेरे बच्चे का मैं पूछ लेना आप भी पढ़ना आई किताब मिली उस पढ़ लो नहीं मैं थोपल ਦੱਸਦੀ ਐ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਨਾ ਗ੍ਰਾਮਰ ਐ ਮੇਰਾ ਬੱਚਾ 8ਵੀਂ ਦੀ 9ਵੀਂ ਦੀ 10ਵੀਂ ਦੀ ਤੁਸੀਂ ਉਹ ਵੀ ਪੜ੍ਹ ਲੈਣੀ ਕਦੀ ਦਿਮਾਗੋ ਸੋਚਿਆ ਕਰੋ ਕਿ ਮੈਂ ਕਿੱਥੋਂ ਪੜਾ ਰਹੀ ਹੋऊंगी ਅਸੀਂ ਵੀ ਤਾਂ ਪੜਿਆ ਹੋਊਗਾ ਨਾ ਕੁਝ ਮੈਂ ਕਿਹੜੇ ਪਾਣਿਨੀ ਰਿਸ਼ੀ ਦੀ ਸਟੂਡੈਂਟ ਹਾਂ ਤੁਸੀਂ ਪੰਜਾਬ ਸਕੂਲ ਐਜੂਕੇਸ਼ਨ ਬੀਬੋਰਡ ਦੀ ਨਾ ਕਿਤਾਬ ਕਿਸੇ ਵੀ ਸਰਕਾਰੀ ਸਕੂਲ ਦੇ ਜਵਾਬ ਤੋਂ ਲੈ ਲੈਣੀ ਓकडे ਪੜਦੇ ਪੜਦੇ ਹੁੰਦੇ ਨਹੀਂ ਪੋਰਟਲ ਹੈ ਵੈਬਸਾਈਟ ਹੈ ਆਫੀਸ਼ੀਅਲ ਇਹਨਾਂ ਦੀ ਉਹਦੇ ਚ ਈ-ਬੁੱਕ ਵੀ ਪਈ ਹੋਊਗੀ ਨਾ ਤੁਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਕਿਤਾਬ ਵੀ ਲੈ ਲੈਣੀ ਮੇਰੇ ਬੱਚਿਆਂ ਨੇ ਉਹ ਡਾਊਨਲੋਡ ਵੀ ਹੋ ਜਾਂਦੀ ਹੈ ਉਹ ਫ੍ਰੀ ਵੀ ਹੈ ਸਕੂਲਾਂ ਚ ਕੋਈ ਸੇ ਬੱਚੇ ਕੋਲ ਹੋਊ ਜਿਹੜਾ ਪਾਸ ਆਊਟ ਹੋਇਆ ਹੋ ਉਹ ਤੋਂ ਲੈ ਲੈਣੀ ਆ ਮੈਂ ਸਾਰਾ ਕੁਝ ਤੁਹਾਨੂੰ ਬੇਸਿਕ ਤੋਂ ਕਰਾ ਰਹੀ ਹਾਂ ਤੇ ਇਹ ਬੇਸਿਕ ਚੀਜ਼ਾਂ ਸਰਕਾਰੀ ਕਿਤਾਬਾਂ ਚ ਆਮ ਹੀ ਪਈਆਂ ਹੋਈਆਂ ਸਾਨੂੰ ਮਤਲਬ ਕਿ ਜਿਹੜੇ ਬਾਜ਼ਾਰਾਂ ਦੇ ਵਿੱਚ ਆਪਣੀਆਂ ਕਿਤਾਬਾਂ ਵੇਚਣ ਵਾਲੇ ਲੋਕ ਐ ਉਹ ਕਹਿੰਦਾ ਜੀ ਮੇਰੀ ਕਿਤਾਬ ਪੜੋ ਤੇ ਮੇਰੀ ਕਿਤਾਬ ਪੜੋ ਹੈ ਨਾ ਤੁਸੀਂ ਕਦੇ ਦਿਮਾਗ ਲਾਇਆ ਕਰੋ ਕਿ ਉਹਨਾਂ ਨੇ ਕਿਤਾਬ ਕਿੱਥੋਂ ਲਿਖੀ ਹੈ ਚੱਕੀਆਂ ਤਾਂ ਬੇਸਿਕ ਚੋ ਹੀ ਹੈ ਨਾ ਤੁਹਾਡਾ ਜਨ ਆਪਣੇ ਆਪ ਨੂੰ ਸਿਆਣੇ ਬੱਚਿਆਂ ਵਾਂਗੂ ਸੋਚਣਾ ਸ਼ੁਰੂ ਕਰੋ ਆਪਣੇ ਦੀਵੇ ਆਪ ਬਣੋ ਬੁੱਧਧਾਇਕ ਬੜਾ ਸੋਹਣਾ ਕੋਟ ਹੈ ਆਪਣੇ ਦੀਏ ਖੁਦ ਬਣੋ ਆਪਣੇ ਦੀਏ ਆਪ ਬਣੋ ਮੈਂ ਤੁਹਾਨੂੰ ਇੱਥੇ ਪੜ੍ਹਾਉਣ ਨਹੀਂ ਆ ਰਹੀ ਮੈਂ ਤੁਹਾਨੂੰ ਆਏ ਦੱਸਣਾ ਕਿ ਤੁਸੀਂ ਪੜ੍ਹਨਾ ਕਿਵੇਂ ਮੇਰਾ ਬੱਚਾ ਤੁਸੀਂ ਹੁਣ ਤੱਕ ਗ੍ਰੈਜੂਏਸ਼ਨ ਜਾਂ ਮਾਸਟਰਸ ਹੈ ਨਾ ਕੋਈ ਡਬਲ ਮਾਸਟਰਸ ਵੀ ਹੋ ਸਕਦਾ ਹੈ ਕੋਈ ਐਕਸਪੀਰੀਅੰਸ ਹੋਲਡਰ ਵੀ ਹੋ ਸਕਦਾ ਆ ਤੁਹਾਨੂੰ ਸਾਰਿਆਂ ਨੂੰ ਸਭ ਕੁਝ ਹੁੰਦਾ ਆ ਬਸ ਮੈਂ ਤੁਹਾਨੂੰ ਇੰਨਾ ਕੇ ਦੱਸਣਾ ਹੈ 1.5 ਘੰਟੇ ਕਿ ਆਪਾਂ ਨੇ ਕੰਮ ਕਰਨਾ ਕਿਵੇਂ ਆ ਬਸ ਸੋਰ ਇਸ ਤੋਂ ਬਾਅਦ ਮੇਰੇ ਕੋਲ ਕੁਝ ਨਹੀਂ ਹੈਗਾ ਤੁਸੀਂ ਆ ਬੜੇ ਸਿਆਣੇ ਆ ਵਾਹਿਗੁਰੂ ਦੀ ਤੁਹਾਡੇ ਬਹੁਤ ਕਿਰਪਾ ਆ ਪਰਮਾਤਮਾ ਤੁਹਾਨੂੰ ਸੁਣਨੇ ਸਮਝਣੇ ਪੜ੍ਹਨੇ ਦੀ ਜੜੀ ਹੈਗੀ ਉਹ ਸ਼ਮਤਾ ਬਖਸ਼ਦਾ ਰਹੇ ਪਰ ਹੁਣ ਆਪਾਂ ਨੈਕਸਟ ਕਲਾਸ 'ਚ ਮਿਲਾਂਗੇ ਮੇਰਾ ਬੱਚਾ